Hello and welcome to the English Learners Words program. Our mentors, ਜਿਸ ਤਰ੍ਹਾਂ ਵਿਸ਼ਵ ਪੱਧਰ ਤੇ ਆਮ ਖਿਡਾਰੀਆਂ ਦੇ ਖੇਡ ਮੁਕਾਬਲਿਆਂ ਦੇ ਲਈ ਵੱਖ-ਵੱਖ ਸੰਸਥਾਵਾਂ ਬਣੀਆਂ ਹੋਈਆਂ ਨੇ, ਠੀਕ ਉਸੇ ਤਰ੍ਹਾਂ ਹਰੇਕ ਪੱਧਰ ਤੇ ਕੁਦਰਤੀ ਕਰੋਪੀ ਦਾ ਸ਼ਿਕਾਰ ਵਿਅਕਤੀਆਂ ਦੇ ਲਈ ਵੀ ਖੇਡ ਸੰਸਥਾਵਾਂ ਹੋਂਦ ਵਿੱਚ ਨੇ। ਸੋ ਇਹ ਜਿਹੜੀਆਂ ਖੇਡ ਸੰਸਥਾਵਾਂ ਨੇ, ਇਹਨਾਂ ਰਾਹੀਂ ਜਿਹੜੀਆਂ ਖੇਡਾਂ ਕਰਵਾਈਆਂ ਜਾਂਦੀਆਂ ਨੇ, ਉਹਨਾਂ ਨੂੰ ਅਸੀਂ ਪੈਰਾ ਸਪੋਰਟਸ ਦੇ ਨਾਂ ਨਾਲ ਜਾਣਦੇ ਹਾਂ। ਸੋ ਪੈਰਾ ਸਪੋਰਟਸ ਦੇ ਵਿੱਚ ਸਾਡੇ ਪੰਜਾਬ ਅਤੇ ਭਾਰਤ ਦਾ ਨਾਂ ਵਿਸ਼ਵ ਪੱਧਰ 'ਤੇ ਚਮਕਾਉਣ ਵਾਲੇ ਪਾਵਰ ਲਿਫਟਰ ਸਰਦਾਰ ਰਜਿੰਦਰ ਸਿੰਘ ਰਹੇਲੂ ਜੀ ਬੜੇ ਨਾਮਵਰ ਸ਼ਖਸੀਅਤ ਨੇ। ਅੱਜ ਅਸੀਂ ਮਿਲਾਉਣ ਜਾ ਰਹੇ ਹਾਂ ਤੁਹਾਨੂੰ ਇਸ ਪਿਆਰੀ ਸ਼ਖਸੀਅਤ ਦੇ ਨਾਲ। ਆਓ ਮਿਲਦੇ ਹਾਂ ਸਰਦਾਰ ਰਜਿੰਦਰ ਸਿੰਘ ਰਹੇਲੂ, ਪਾਵਰ ਲਿਫਟਰ। ਹਾਂਜੀ ਸਰ, ਰਜਿੰਦਰ ਸਿੰਘ ਰਹੇਲੂ ਜੀ, ਤੁਹਾਡਾ ਆਵਰ ਮੈਂਟਰ ਪ੍ਰੋਗਰਾਮ ਦੇ ਵਿੱਚ ਵੈਲਕਮ ਆ ਜੀ। ਖੁਸ਼ ਆਉਂਦੀ ਜੀ ਆਇਆਂ ਨੂੰ ਅਤੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਕਰਨ ਲਈ। ਰਹੇਲੂ ਸਾਹਿਬ, ਅਸੀਂ ਤੁਹਾਡੀ ਮੁੱਢਲੀ ਪੜ੍ਹਾਈ ਦੇ ਬਾਰੇ ਵਿੱਚ ਜਾਣਨਾ ਚਾਹਾਂਗੇ ਕਿ ਤੁਹਾਡੀ ਮੁੱਢਲੀ ਪੜ੍ਹਾਈ ਦਾ ਦੌਰ ਕਿਸ ਤਰ੍ਹਾਂ ਰਿਹਾ। ਸਰ, ਮੁੱਢਲੀ ਪੜ੍ਹਾਈ ਮੇਰੀ ਸਕੂਲਿੰਗ ਜਿਹੜੀ ਆ ਉਹ ਪਿੰਡ ਹੀ, ਸਾਡਾ ਪਿੰਡ ਮੈਸਮਪੁਰ ਹੈ। ਮੈਸਮਪੁਰ ਪਿੰਡ ਦੇ ਵਿੱਚ ਹੀ ਪ੍ਰਾਇਮਰੀ ਸਕੂਲ ਸੀਗਾ, ਉੱਥੋਂ ਹੀ ਮੈਂ ਲਈ ਆ 8ਵੀਂ ਤੱਕ ਦੀ ਸਿੱਖਿਆ, ਅਤੇ ਉਸ ਤੋਂ ਬਾਅਦ ਵਿੱਚ ਸੈਕੰਡਰੀ ਵਾਸਤੇ ਨਾਲ ਦੇ ਪਿੰਡ ਜੱਜਾ ਕਲਾਂ ਦੇ ਵਿੱਚ ਮੈਂ ਐਡਮਿਸ਼ਨ ਲਈ ਸੀ। ਭਾਅ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ, ਠੀਕ ਹੈ ਕੁਦਰਤ ਦੀ ਕਰੋਪੀ ਕਰਕੇ ਤੁਹਾਨੂੰ ਇਹ ਸਮੱਸਿਆਵਾਂ ਹੈਗੀਆਂ ਨੇ, ਅਤੇ ਪਰ ਅਸੀਂ ਤੁਹਾਨੂੰ ਡਿਸੇਬਲ ਨਹੀਂ ਕਹਾਂਗੇ, ਅਸੀਂ ਤੁਹਾਨੂੰ ਡਿਫਰੈਂਟਲੀ ਏਬਲਡ ਪਰਸਨ ਕਹਾਂਗੇ, ਕਿਉਂਕਿ ਅੱਜ ਕਿਤਾਬਾਂ ਦੇ ਵਿੱਚ ਵੀ ਇਹ ਗੱਲਾਂ ਦਰਜ ਨੇ ਕਿ ਇੱਦਾਂ ਦੇ ਵਿਅਕਤੀ ਨੂੰ ਅਸੀਂ ਡਿਸੇਬਲਡ ਨਹੀਂ ਕਹਿਣਾ ਹੈਗਾ। ਸੋ ਪਰ ਉਹਦੇ ਬਾਵਜੂਦ ਵੀ ਤੁਹਾਡੀ ਇਸ ਜਿਹੜੀ ਸਥਿਤੀ ਸੀਗੀ, ਤੁਹਾਡੀ ਸਰੀਰਕ ਹਾਲਾਤ ਸੀ ਤੁਹਾਡੇ, ਇਸ ਦੇ ਬਾਵਜੂਦ ਤੁਹਾਨੂੰ ਆਪਣੀ ਪੜ੍ਹਾਈ ਆਪਣੀ ਜਿਹੜੀ ਜਾਰੀ ਰੱਖਣ ਲਈ ਜਾਂ ਉਹਦੇ ਵਿੱਚ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ? ਜੀ ਬਿਲਕੁਲ, ਕਿਉਂਕਿ ਮੈਂ 8 ਮਹੀਨੇ ਦਾ ਸੀ ਜਦੋਂ ਇਹ ਪੋਲੀਓ ਅਟੈਕ ਮੈਨੂੰ ਹੋਇਆ। ਉਸ ਤੋਂ ਬਾਅਦ ਮੇਰੇ ਦੋਨੇ ਪੈਰ ਪੈਰਾਲਾਈਜ਼ ਹੋ ਗਏ ਅਤੇ ਦੋਨੇ ਪੈਰ ਨੇ ਕੰਮ ਕਰਨਾ ਬੰਦ ਕਰਤਾ ਜੀ। ਮੇਰੇ ਮੰਮੀ ਡੈਡੀ ਕਾਫੀ ਹਿੰਮਤੀ, ਮੈਂ ਕਹਿ ਸਕਦਾ ਠੇਠ ਪੰਜਾਬੀ ਦੇ ਵਿੱਚ, ਉਹਨਾਂ ਨੇ ਹੌਸਲਾ ਨਹੀਂ ਛੱਡਿਆ, ਆਖਰੀ ਦਮ ਤੱਕ ਨਹੀਂ ਛੱਡਿਆ। ਮੈਨੂੰ ਕਦੀ ਅਹਿਸਾਸ ਨਹੀਂ ਹੋਣ ਦਿੱਤਾ ਕਿ ਤੂੰ ਡਿਸੇਬਲ ਹੈ, ਅੰਗਹੀਣਿਆ। ਅਤੇ ਉਹਨਾਂ ਨੇ ਸਾਰੇ ਨੈਚੁਰਲ ਜੋ ਬੱਚੇ ਨੂੰ ਇੱਕ ਮਾਹੌਲ ਦੇਈਦਾ ਆਪਾਂ ਆਮ ਬੱਚੇ ਨੂੰ ਬਚਪਨ ਦੇ ਵਿੱਚ, ਉਹ ਦਿੱਤਾ। ਉਸ ਮਾਹੌਲ ਦੇ ਚੱਲਦਿਆਂ ਉਹਨਾਂ ਨੇ ਮੈਨੂੰ ਸਕੂਲ ਦੇ ਵਿੱਚ ਵੀ ਮਤਲਬ ਐਡਮਿਸ਼ਨ ਕਰਾਈ ਮੇਰੀ, ਔਰ ਉਹਨਾਂ ਨੇ ਦੋ ਟਾਈਮ ਮੈਨੂੰ ਮਤਲਬ ਸਵੇਰੇ ਛੱਡ ਕੇ ਆਉਣਾ, ਫਿਰ ਸ਼ਾਮ ਨੂੰ ਲੈ ਕੇ ਆਉਣਾ, ਕਦੀ ਸਾਈਕਲ ਤੇ ਕਦੀ ਆਪਣੇ ਕੰਧੇ ਦੇ ਉੱਤੇ। ਤੇ ਸਕੂਲ ਦੇ ਵਿੱਚ ਜਾ ਕੇ ਮੈਂ ਜਿਹੜੇ ਬਾਕੀ ਸੀ ਆਪਣੇ ਕਿਰਿਆਵਾਂ, ਮੈਂ ਕਰੋਲਿੰਗ ਕਰਕੇ ਰੁੜ ਕੇ ਕਰਦਾ ਸੀਗਾ, ਇੱਕ ਕਲਾਸ ਤੋਂ ਦੂਜੀ ਕਲਾਸ ਜਾਂ ਹੋਰ ਆਪਣੇ ਵਾਸ਼ਰੂਮ ਵਗੈਰਾ। ਤੇ 8ਵੀਂ ਤੱਕ ਮੇਰੀ ਇਹ ਸਕੂਲਿੰਗ ਐਵੇਂ ਹੋਈ ਆ, ਤੇ ਘਰ ਦੇ ਵਿੱਚ ਵੀ ਮੈਂ ਕਰੋਲਿੰਗ ਕਰਕੇ ਹੀ ਸਾਰਾ ਕਰਦਾ ਸੀਗਾ। ਤੇ ਮੈਂ ਤਾਂ ਇਹ ਮੰਨਦਾ ਕਿ ਮੰਮੀ ਡੈਡੀ ਦੀ ਸੋਚ, ਉਹਨਾਂ ਦੀ ਹਿੰਮਤ, ਤੇ ਉਹਨਾਂ ਦੇ ਨਾਲ ਨਾਲ ਮੇਰੇ ਦੋਨੇ ਬ੍ਰਦਰ ਜਿਹੜੇ ਆ ਤੇ ਉਹਨਾਂ ਨੇ ਕਾਫੀ ਮੈਨੂੰ ਸਪੋਰਟ ਕੀਤਾ ਸਕੂਲਿੰਗ ਦੇ ਵਿੱਚ ਵੀ, ਔਰ ਜਿਹੜੇ ਮੈਂ ਬਾਕੀ ਸਪੋਰਟਸ ਐਕਟੀਵਿਟੀ ਦੇ ਵਿੱਚ ਵੀ ਕਾਫੀ ਮੈਨੂੰ ਸਪੋਰਟ ਕੀਤਾ, ਉਹਨਾਂ ਦੇ ਕਰਕੇ ਮੈਂ ਆਪਣੇ ਜਿਹੜੇ ਅੱਜ ਇਸ ਮੁਕਾਮ ਤੇ ਪਹੁੰਚਿਆ। ਬਿਲਕੁਲ ਜੀ ਬਿਲਕੁਲ, ਕਿਉਂਕਿ ਤੁਸੀਂ ਨਹੀਂ, ਬੱਚੇ ਨੇ ਤਾਂ ਪੜ੍ਹਾਈ ਕਰਨੀ ਹੁੰਦੀ ਆ, ਪਰ ਉਹਦੇ ਨਾਲ ਨਾਲ ਘਰਦਿਆਂ ਨੂੰ ਵੀ ਸਕੂਲ ਤੱਕ ਡੇਲੀ ਜਾਣਾ ਪੈਂਦਾ ਸੀ। ਬਿਲਕੁਲ ਸਰ ਜੀ ਬਿਲਕੁਲ, ਇਹ ਉਹਨਾਂ ਦੀ ਬਹੁਤ ਵੱਡੀ ਦੇਣ ਆ। ਬਾਕੀ ਅਸੀਂ ਸਲਾਮ ਕਰਦੇ ਹਾਂ ਤੁਹਾਡੇ ਮੰਮੀ ਜੀ ਹੋਰਾਂ ਨੂੰ, ਤੁਹਾਡੇ ਪਰਿਵਾਰ ਵਾਲਿਆਂ ਨੂੰ। ਤੁਹਾਨੂੰ ਜਿਹੜਾ ਇਹ ਖੇਡਾਂ ਦਾ ਸ਼ੌਕ ਆ ਜੀ ਸਰ, ਜਦੋਂ ਤੁਸੀਂ ਸਕੂਲ ਵਿੱਚ ਪੜ੍ਹਾਈ ਕਰਦੇ ਸੀ ਉਦੋਂ ਵੀ ਤੁਹਾਡੇ ਮਨ ਵਿੱਚ ਕੁਝ ਏਦਾਂ ਬਲਬਲੇ ਸੀਗੇ ਖੇਡਾਂ ਬਾਰੇ? ਜੀ ਸਰ, ਖੇਡਾਂ ਬਾਰੇ ਸਪੈਸੀਫਿਕਲੀ ਨਹੀਂ ਮੈਂ ਕਹਿ ਸਕਦਾ, ਪਾਰਟੀਕੁਲਰਲੀ ਨਹੀਂ ਸੀਗਾ ਕੁਛ, ਪਰ ਮੇਰੇ ਦਿਮਾਗ ਦੇ ਵਿੱਚ ਇਹ ਸੀ ਕਿ ਬੇਸ਼ੱਕ ਮੈਂ ਡਿਸੇਬਲ ਹਾਂ, ਇਹ ਕਦੀ ਮਨ ਚ ਹੈ ਨਹੀਂ ਸੀ ਡਿਸੇਬਲ, ਪਰ ਮੈਨੂੰ ਇਹ ਲੱਗ ਰਿਹਾ ਸੀ ਕਿ ਮੈਂ ਕੁਛ ਵੱਖਰਾ ਕਰਨਾ ਆ, ਇੱਕ ਆਪਣੀ ਵੱਖਰੀ ਪਹਿਚਾਣ ਬਣਾਉਣੀ ਆ, ਪਰ ਕੁਛ ਪਤਾ ਨਹੀਂ ਸੀਗਾ ਵੀ ਕੀ ਕਰਨਾ ਆ। ਪਰ ਮਨ ਦੇ ਵਿੱਚ ਕੁਛ ਨਾ ਕੁਛ ਰਹਿੰਦਾ, ਕੋਈ ਨਵੀਂ ਚੀਜ਼ ਸਿੱਖਣ ਨੂੰ ਮਿਲਦੀ ਸੀ ਤੇ ਮੈਂ ਬੜੇ ਇੰਟਰਸਟ ਨਾਲ ਉਹਨੂੰ ਚੀਜ਼ ਨੂੰ ਲੈਂਦਾ ਸੀਗਾ, ਕੋਈ ਵੀ ਕੰਮ ਸੀ ਚਾਹੇ ਉਹ ਛੋਟਾ ਆ ਵੱਡਾ ਆ, ਜਿਹੜਾ ਵੀ ਕੰਮ ਮੈਨੂੰ ਲੱਗਦਾ ਸੀ ਕਿ ਮੈਂ ਕਰ ਸਕਦਾ ਤੇ ਮੈਂ ਬੜੇ ਮਤਲਬ ਡੈਡੀਕੇਸ਼ਨ ਦੇ ਨਾਲ ਕਰਦਾ ਸੀਗਾ।
ਤੇ ਪਲੱਸ 2 ਤੋਂ ਬਾਅਦ ਵਿੱਚ ਜਦੋਂ ਮੈਂ ਪ੍ਰਾਈਵੇਟ ਪਲੱਸ 2 ਕੀਤੀ ਉਸ ਤੋਂ ਬਾਅਦ ਵਿੱਚ ਫ੍ਰੀ ਸੀਗਾ ਤੇ ਅਗਲੀ ਪੜ੍ਹਾਈ ਮੈਂ ਨਹੀਂ ਕਰ ਸਕਿਆ ਕਿਉਂਕਿ ਜਿਹੜਾ ਪਿੰਡ ਸੀ ਉਹ ਰਿਮੋਟ ਸੀ ਸ਼ਹਿਰ ਤੋਂ ਦੂਰ ਸੀਗਾ ਤੇ ਮੈਨੂੰ ਮੇਰੇ ਵਾਸਤੇ ਸ਼ਹਿਰ ਕਾਲਜ ਜਾਣਾ ਥੋੜ੍ਹਾ ਮੁਸ਼ਕਲ ਸੀਗਾ ਤੇ ਮੈਂ ਪਿੰਡ ਦੇ ਵਿੱਚ ਹੀ ਮੇਰੇ ਬ੍ਰਦਰ ਆ ਇਹ ਆਟੋ ਲੈ ਇਹਦਾ ਆਟੋ ਰਿਪੇਅਰ ਦਾ ਕੰਮ ਕਰਦੇ ਸੀਗੇ ਇਹਨਾਂ ਦੇ ਕੋਲ ਜਾਣ ਲੱਗ ਪਿਆ ਉੱਥੇ ਇਹਨਾਂ ਦੀ ਹੈਲਪ ਕਰਨ ਲੱਗ ਪਿਆ ਮੈਂ ਖੁਦ ਵੀ ਕੰਮ ਕਰਦਾ ਰਿਹਾ ਆਟੋ ਰਿਪੇਅਰ ਦਾ ਬਾਈਕ ਮੋਟਰਸਾਈਕਲ ਸਕੂਟਰ ਦੀ ਰਿਪੇਅਰ ਦਾ ਤੇ ਉੱਥੇ ਇਹਨਾਂ ਦੇ ਦੋਸਤ ਸੀਗੇ ਸੁਰਿੰਦਰ ਸਿੰਘ ਰਾਣਾ ਉਹ ਪੰਜਾਬ ਦੇ ਚੈਂਪੀਅਨ ਸੀ ਪਾਵਰ ਲਿਫਟਿੰਗ ਦੇ ਵਿੱਚ ਮੈਨੂੰ ਪਤਾ ਸੀ ਕਿ ਪਾਵਰ ਲਿਫਟਿੰਗ ਪਰ ਮੇਰੇ ਮਨ ਚ ਕਦੀ ਨਹੀਂ ਸੀ ਆਇਆ ਕਿ ਮੈਂ ਪਾਵਰ ਲਿਫਟਰ ਬਣਨਾ ਆ ਤੇ ਇੱਕ ਦਿਨ ਦੀ ਵਾਕਿਆ ਆਇਆ ਬੜਾ ਮੈਂ ਹਰੇਕ ਇੰਟਰਵਿਊ ਦੇ ਉੱਤੇ ਮੈਂ ਦੱਸਦਾ ਕਿ ਭਾਜੀ ਹੁਣੀ ਹੈ ਨੀ ਸੀਗੇ ਦੁਕਾਨ ਤੇ ਉਹ ਸੁਰਿੰਦਰ ਸਿੰਘ ਜੀ ਬੈਠੇ ਸੀ ਮੇਰੇ ਕੋਲ ਤੇ ਉਹ ਜਦ ਤੁਰਨ ਲੱਗੇ ਤੇ ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਬੈਠੋ ਵੀ ਮੈਂ ਫ੍ਰੀ ਹਾਂ ਚਲੋ ਗੱਲਬਾਤ ਮਾਰਦੇ ਹਾਂ ਤੇ ਉਹ ਕਹਿੰਦੇ ਨਹੀਂ ਮੇਰੀ ਟ੍ਰੇਨਿੰਗ ਦਾ ਟਾਈਮ ਹੋ ਗਿਆ ਵੀ ਮੈਂ ਜਾਣਾ ਆ ਮੇਰੇ ਮਨ ਚ ਕੋਈ ਗੇਮ ਬਾਰੇ ਪਤਾ ਨਹੀਂ ਸੀ ਪਰ ਮੈਨੂੰ ਜਸਟ ਹੋਰ ਥੋੜਾ ਜਿਹਾ ਰੋਕਣ ਵਾਸਤੇ ਉਹਨਾਂ ਨੂੰ ਪੁੱਛ ਲਿਆ ਯਾਰ ਤਾਂ ਗੇਮ ਇਹ ਕੀ ਹੁੰਦੀ ਗੇਮ ਪਾਵਰ ਲਿਫਟਿੰਗ ਕੀ ਆ ਕੀ ਕਰਦੇ ਤੁਸੀਂ ਪਾਵਰ ਲਿਫਟਿੰਗ ਕੀ ਤੇ ਮੈਨੂੰ ਲੱਗਦਾ ਜਿੱਦਾਂ ਹੁਣ ਮੈਂ ਗੇਮ ਦੇ ਵਿੱਚ ਹੈ ਨਾ ਤੇ ਜੇ ਮੈਨੂੰ ਮੇਰੇ ਫੀਲਡ ਬਾਰੇ ਕੋਈ ਪੁੱਛੂਗਾ ਤਾਂ ਮੈਂ ਬੜੇ ਚਾਅ ਦੇ ਨਾਲ ਉਹ ਦੱਸਦਾ ਤੇ ਉਹੀ ਸੇਮ ਉਹਨਾਂ ਨਾਲ ਹੋਈ ਉਹ ਵੀ ਬੈਠ ਗਿਆ ਮੇਰੇ ਕੋਲ ਉਹਨਾਂ ਨੇ ਬੈਠ ਕੇ ਮੈਨੂੰ ਪਾਵਰ ਲਿਫਟਿੰਗ ਵਿਸਥਾਰ ਨਾਲ ਦੱਸੀ ਵੀ ਇਹਦੇ ਵਿੱਚ 3 ਇਵੈਂਟਸ ਹੁੰਦੇ ਆ ਇੱਕ ਸਕਾਇਟ ਹੁੰਦੀ ਆ ਇੱਕ ਡੈਡ ਲਿਫਟ ਹੁੰਦੀ ਆ ਇੱਕ ਬੈਂਚ ਪ੍ਰੈਸ ਹੁੰਦੀ ਆ ਜਦੋਂ ਬੈਂਚ ਪ੍ਰੈਸ ਦਾ ਜ਼ਿਕਰ ਆਇਆ ਉਹਨਾਂ ਨੇ ਮੈਨੂੰ ਉਹਨੂੰ ਐਕਸਪਲੇਨ ਕੀਤਾ ਤੇ ਮੇਰੇ ਮਨ ਚ ਆਇਆ ਯਾਰ ਇਹ ਪਾਵਰ ਜਿਹੜੀ ਬੈਂਚ ਪ੍ਰੈਸ ਹੈ ਤਾਂ ਮੈਂ ਵੀ ਕਰ ਸਕਦਾ ਜੇ ਉੱਪਰਲੀ ਬਾਡੀ ਦਾ ਹੀ ਕੰਮ ਆ ਉੱਪਰ ਸਿਰਫ ਚੈਸਟ ਤੋਂ ਉੱਪਰਲੇ ਹਿੱਸੇ ਦਾ ਹੀ ਕੰਮ ਹੈ ਤਾਂ ਮੈਂ ਕਰ ਸਕਦਾ ਤੇ ਉਹ ਕਹਿੰਦੇ ਨਹੀਂ ਤੇਰੇ ਕੋਲ ਨਹੀਂ ਹੋਣੀ ਹੈਗੀ ਪਾਵਰ ਲਿਫਟ ਬੈਂਚ ਪ੍ਰੈਸ ਕਿਉਂਕਿ ਜਦੋਂ ਅਸੀਂ ਭਾਰ ਚੁੱਕਦੇ ਹਾਂ ਤਾਂ ਸਾਨੂੰ ਪੈਰਾਂ ਦਾ ਗ੍ਰਿਪ ਬਣਾਉਣਾ ਪੈਂਦਾ ਆ ਗ੍ਰਿਪ ਦੇ ਨਾਲ ਸਾਡਾ ਬੈਲੈਂਸ ਬਣਦਾ ਤੇ ਬੈਲੈਂਸ ਦੇ ਨਾਲ ਹੀ ਮੈਂ ਕਿਹਾ ਠੀਕ ਆ ਕਿਉਂਕਿ ਮੈਨੂੰ ਕੁਛ ਪਤਾ ਨਹੀਂ ਮੈਂ ਦੇਖਿਆ ਵੀ ਨਹੀਂ ਸੀਗਾ ਜੀ ਮੈਂ ਕਿਹਾ ਠੀਕ ਆ ਜੀ ਉਹ ਉੱਠ ਕੇ ਚੱਲੇ ਜਾ ਕੇ ਦੋ ਕਦਮ ਚੱਲੇ ਆ ਉਹਨਾਂ ਦੇ ਮਨ ਦੇ ਵਿੱਚ ਕੀ ਆਇਆ ਮੈਨੂੰ ਪਤਾ ਨਹੀਂ ਮੈਨੂੰ ਕਹਿੰਦੇ ਸੋਡੀ ਤੂੰ ਇੱਦਾਂ ਕਰ ਆ ਜਾਈ ਆਪਾਂ ਚੈੱਕ ਕਰ ਲਾਂਗੇ ਮੇਰੇ ਕੋਲ ਤਾਂ ਮੈਂ ਤੁਹਾਨੂੰ ਦੱਸਾਂ ਵੀ ਨਵੀਂ ਚੀਜ਼ ਸਿੱਖਣ ਦਾ ਚਾਅ ਹੀ ਬਹੁਤ ਸੀਗਾ ਤੇ ਮੈਂ ਉਹਨਾਂ ਨੂੰ ਪਤਾ ਸੀ ਵੀ ਕਿੱਥੇ ਟ੍ਰੇਨਿੰਗ ਕਰਦੇ ਆ ਉਹਨਾਂ ਨੇ ਘਰੋਂ ਹੋ ਕੇ ਚੇਂਜ ਕਰਕੇ ਜਾਣਾ ਸੀ ਮੈਂ ਡਾਇਰੈਕਟ ਉਹਨਾਂ ਤੋਂ ਪਹਿਲਾਂ ਉੱਥੇ ਪਹੁੰਚ ਗਿਆ ਜਦੋਂ ਉੱਥੇ ਪਹੁੰਚਿਆ ਤੇ ਮੁੰਡੇ ਮੈਨੂੰ ਦੇਖਿਆ ਮੈਂ ਕਰੋਲਿੰਗ ਕਰਕੇ ਅੰਦਰ ਗਿਆ ਤੇ ਮੁੰਡੇ ਕਹਿੰਦੇ ਹਾਂਜੀ ਦੱਸੋ ਮੈਂ ਕਿਹਾ ਸੁਰਿੰਦਰ ਭਾਜੀ ਉਹਨਾਂ ਨੇ ਬੁਲਾਇਆ ਕਹਿੰਦੇ ਉਹ ਸਟਾਰ ਪਲੇਅਰ ਆ ਉਹ ਪਤਾ ਨਹੀਂ ਆਉਣਾ ਉਹਨੇ ਕਿ ਨਹੀਂ ਆਉਣਾ ਕਦੀ ਆਉਂਦੇ ਕਦੀ ਨਹੀਂ ਆਉਂਦੇ ਮੈਂ ਕਿਹਾ ਨਹੀਂ ਮੇਰੇ ਕੋਲ ਹੁਣੇ ਆਇਆ ਵੀ ਆਉਣਾ ਆ ਕਹਿੰਦੇ ਅੱਛਾ ਤੁਸੀਂ ਬੈਠ ਕੇ ਵੇਟ ਕਰ ਲਓ ਮੈਂ ਉਹਨਾਂ ਦਾ ਇੰਤਜ਼ਾਰ ਕੀਤਾ ਜਦੋਂ ਉਹ ਆਏ ਤੇ ਉਹਨਾਂ ਨੇ ਮੈਨੂੰ ਬੈਂਚ ਤੇ ਲਟਾ ਕੇ ਟਰਾਈ ਕੀਤੀ ਤਾਂ ਹੌਲੀ 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 ਕਰਦੇ ਕਰਦੇ 15 ਮਿੰਟਾਂ ਬਾਅਦ ਜਾ ਕਹਿੰਦੇ ਬਸ ਅੱਜ ਵਾਸਤੇ ਕਾਫੀ ਆ ਤੇ ਮੈਂ ਕਿਹਾ ਠੀਕ ਆ ਜੀ ਮੈਨੂੰ ਕਹਿੰਦੇ ਤੈਨੂੰ ਪਤਾ ਤਾਂ ਕਿੰਨਾ ਭਰ ਚੁੱਕਿਆ ਮੈਂ ਕਿਹਾ ਨਹੀਂ ਕਹਿੰਦੇ 70 ਕਿਲੋ ਭਰ ਚੁੱਕਿਆ ਤਾਂ ਤੇ ਮੈਂ ਸੋਚਿਆ 70 ਮੈਨੂੰ ਪਤਾ ਨਹੀਂ ਸੀ ਠੀਕ ਆ ਮੈਂ ਗਿਣਤੀ ਦੇ ਹਿਸਾਬ ਨਾਲ ਆਪਾਂ ਵਜਨ ਦੱਸ ਸਕਦੇ 7 ਪਰ ਉਹਦਾ ਸਟੈਂਡਰਡ ਕੀ ਆ ਉਹ ਨਹੀਂ ਸੀ ਮੈਨੂੰ ਪਤਾ ਮੈਂ ਕਿਹਾ 70 ਕਿਲੋ ਕੀ ਹੁੰਦਾ ਵੀ ਇਹਦਾ ਕੀ ਸਟੈਂਡਰਡ ਹੈ ਇਹਦਾ ਲੈਵਲ ਕੀ ਆ ਕਹਿੰਦਾ ਇਹਦਾ ਮਤਲਬ ਇਹ ਤੂੰ ਪੰਜਾਬ ਦੇ ਕੰਪੀਟੀਸ਼ਨ ਖੇਡਣ ਦੇ ਕਾਬਲ ਆ ਤੂੰ ਅੱਜ ਥੋੜੀ ਜਿਹੀ ਮਿਹਨਤ ਕਰੇਗਾ ਤੇ ਮੈਡਲ ਵੀ ਪੈ ਸਕਦਾ ਤੇ ਉਸ ਤੋਂ ਮੇਰੀ ਫਿਰ ਸਪੋਰਟਸ ਏਰੀਆ ਗੇਮ ਸ਼ੁਰੂ ਹੋਈ ਥੋੜੀ ਥੋੜੀ ਮਿਹਨਤ ਫਿਰ ਜਾਰੀ ਹਾਂਜੀ ਰਜਿੰਦਰ ਸਿੰਘ ਜੀ ਤੁਹਾਨੂੰ ਉਹ ਚੇਟਕ ਤਾਂ ਲੱਗ ਗਈ ਭਾਜੀ ਹੋਰਾਂ ਤੋਂ ਉਸ ਤੋਂ ਬਾਅਦ ਤੁਸੀਂ ਮਿਹਨਤ ਕਰਦੇ ਰਹੇ ਫਿਰ ਤੁਹਾਨੂੰ ਇਸ ਗੇਮ ਦੇ ਵਿੱਚ ਜਾਣ ਦਾ ਮੁਕਾਬਲੇ ਦੇ ਵਿੱਚ ਜਾਣ ਦਾ ਮੌਕਾ ਕਿੱਦਾਂ ਮਿਲਿਆ ਸਰ ਜਿੱਦਾਂ ਮੈਂ ਟ੍ਰੇਨਿੰਗ ਸ਼ੁਰੂ ਕੀਤੀ ਆ ਤੇ ਮੈਂ ਥੋੜ੍ਹੇ ਮਤਲਬ 2-4 ਮਹੀਨੇ ਦੇ ਵਿੱਚ ਕਾਫੀ ਇੰਪਰੂਵਮੈਂਟ ਹੋ ਗਈ ਸੀ ਉਹਦੀ ਵਜ੍ਹਾ ਇਹ ਸੀ ਕਿ ਮੇਰੀ ਅਪਰ ਬੋਡੀ ਮੈਂ ਟ੍ਰਾਈਸਾਈਕਲ ਜ਼ਿਆਦਾ ਯੂਜ਼ ਕਰਦਾ ਸੀਗਾ ਆਪਣੇ ਆਉਣ ਜਾਣ ਦੇ ਲਈ ਉਹਦੇ ਨਾਲ ਮੇਰੀ ਅਪਰ ਬੋਡੀ ਸੀਗੀ ਇੱਕ ਮੈਂ ਕਰੋਲਿੰਗ ਕਰਦਾ ਸੀਗਾ ਤੇ ਉਹਦੇ ਨਾਲ ਮਜ਼ਬੂਤ ਹੋਣ ਕਰਕੇ ਤੇ ਮੇਰੀ ਇੰਪਰੂਵਮੈਂਟ ਕਾਫੀ ਹੋ ਗਈ ਸੀਗੀ ਫਿਰ ਸਾਡੇ ਆਪਣੇ ਪਿੰਡ ਦੇ ਵਿੱਚ PHS ਯੂਥ ਐਂਡ ਸਪੋਰਟਸ ਕਲੱਬ ਹੈਗੀ ਸੀ ਜਿਹੜੇ ਜਿਨ੍ਹਾਂ ਦੇ ਮੈਂ ਮੈਂਬਰਾਂ ਦੇ ਨਾਲ ਮੇਲ ਜੋਲ ਚ ਸੀਗਾ ਤੇ ਉਹਨਾਂ ਨੇ ਮੈਨੂੰ ਗਾਈਡ ਕੀਤਾ ਕਿ ਅਗਰ ਤੂੰ ਪਾਵਰ ਲਿਫਟਿੰਗ ਹੀ ਗੇਮ ਕਰਨ ਲੱਗਾ ਤੇ ਪਾਵਰ ਲਿਫਟਿੰਗ ਆਪਣੇ ਏਰੀਏ ਦੇ ਵਿੱਚ ਤਾਂ ਰਾਮਗੜੀਆ ਕਾਲਜ ਤੋਂ ਵਧੀਆ ਕੋਈ ਨਹੀਂ ਕਰਵਾ ਸਕਦਾ ਤੇ ਉਹ ਪਾਵਰ ਲਿਫਟਿੰਗ ਤੇ ਵੇਟ ਲਿਫਟਿੰਗ ਦਾ ਘਰ ਆ ਉਹ ਤੇ ਮੈਂ ਸਿਰਫ ਜਸਟ ਟ੍ਰੇਨਿੰਗ ਵਾਸਤੇ ਮੈਂ ਰਾਮਗੜੀ ਕਾਲਜ ਚ ਐਡਮਿਸ਼ਨ ਲੈ ਲਈ ਸੀਗੀ ਉੱਥੇ ਕੈਪਟਨ ਪਿਆਰਾ ਸਿੰਘ ਜੀ ਦੇ ਕੋਚ ਸੀ ਉਹ ਮਾਸਕੋ ਓਲੰਪਿਕ ਦੇ ਵਿੱਚ ਇੰਡੀਆ ਦੇ ਕੋਚ ਬਣ ਕੇ ਵੇਟ ਲਿਫਟਿੰਗ ਦੇ ਜਾ ਚੁੱਕੇ ਔਰ ਉਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਪ੍ਰਾਪਤੀਆਂ ਉਹਨਾਂ ਦੇ ਤੇ ਉਹਨਾਂ ਦੇ ਕੋਲ ਗਿਆ ਉਹਨਾਂ ਨੇ ਜੇ ਮੇਰੀ ਪਰਫਾਰਮੈਂਸ ਦੇਖ ਕੇ ਜਾਂ ਮੇਰੇ ਹਾਲਾਤ ਦੇਖ ਕੇ ਉਹਨਾਂ ਨੂੰ ਕਾਫੀ ਲੱਗਾ ਕਿ ਕੁਛ ਕੀਤਾ ਜਾਂਦਾ ਤੇ ਫਿਰ ਉਹਨਾਂ ਨੇ ਮੈਨੂੰ ਜਿਹੜੀਆਂ ਬਰੀਕੀਆਂ ਸੀਗੀਆਂ ਗੇਮ ਦੀਆਂ ਉਹ ਸਿਖਾਲੀਆਂ ਸ਼ੁਰੂ ਕਰਤੀਆਂ ਉਹਨਾਂ ਦੇ ਅੰਡਰ ਫਿਰ ਜਿਹੜੇ ਓਪਨ ਟੂਰਨਾਮੈਂਟ ਜਾਣੀ ਕਿ ਸੀਗੇ ਸੀਨੀਅਰ ਪੰਜਾਬ ਓਪਨ ਬੈਂਚ ਪ੍ਰੈਸ ਚੈਂਪੀਅਨਸ਼ਿਪ ਹੋਈ 1997 ਦੇ ਵਿੱਚ ਖੰਨੇ ਦੇ ਵਿੱਚ ਹੋਈ ਸੀ ਇਹ ਤੇ ਉਹਦੇ ਵਿੱਚ ਮੈਂ ਹਿੱਸਾ ਲਿਆ ਓਪਨਲੀ ਤੇ ਉਹਦੇ ਵਿੱਚ ਮੈਂ
ਪਹਿਲੇ ਨੰਬਰ ਤੇ ਆ, ਯਾਨੀ ਕਿ ਮੈਂ ਸਭ ਤੋਂ ਭਾਰਤ ਵੱਧ ਆਪਣੀ ਬੋਡੀ ਵੇਟ ਦੇ ਵਿੱਚ ਸਾਰੋਂ ਵੱਧ ਚੁੱਕ ਕੇ ਤੇ ਗੋਲਡ ਮੈਡਲ ਉੱਥੇ ਜਿੱਤਿਆ ਸੀ ਤੇ ਉੱਥੋਂ ਮੇਰਾ ਫਿਰ ਜਿਹੜਾ ਸਪੋਰਟਸ ਕੈਰੀਅਰ ਆ ਉੱਥੋਂ ਅੱਗੇ ਸ਼ੁਰੂ ਹੋਇਆ। ਤੇ ਉਸ ਤੋਂ ਬਾਅਦ ਦੀਆਂ ਫਿਰ ਅੱਗੇ ਦੀ ਅੱਗੇ ਤੁਸੀਂ ਓਲੰਪਿਕ ਤੱਕ ਵੀ ਗਏ ਹੋ ਜਾਂ ਕਾਮਨਵੈਲਥ ਗੇਮਸ ਦੇ ਵਿੱਚ, ਇਹ ਕਿੱਦਾਂ ਕਿੱਦਾਂ ਤੁਹਾਡਾ ਸਬੱਬ ਬਣਦੇ ਰਹੇ? ਸਰ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਮੈਨੂੰ ਕੁਛ ਨਹੀਂ ਸੀ, ਮੈਂ ਜਸਟ ਜੋ ਵੀ ਕਰਦਾ ਸੀ ਆਪਣੀ ਮੈਂ ਸ਼ੌਕ ਵਾਸਤੇ ਕਰਦਾ ਸੀਗਾ। ਮੈਨੂੰ ਇਹਦੇ ਬਾਰੇ ਇਹ ਨਹੀਂ ਸੀ ਪਤਾ ਕਿਹੜੀ ਸੰਸਥਾ ਆ, ਕੀ ਕਰਦੀ ਆ, ਕੀ ਨਹੀਂ ਕਰਦੀ, ਕੁਛ ਨਹੀਂ ਸੀਗਾ। ਮੈਂ ਜਿੱਦਾਂ ਪਹਿਲਾਂ ਪੰਜਾਬ ਚੈਂਪੀਅਨ ਬਣਿਆ, ਉਸ ਤੋਂ ਬਾਅਦ ਵਿੱਚ 98 ਦੇ ਵਿੱਚ ਮੇਰੀ ਸਿਲੈਕਸ਼ਨ ਨੈਸ਼ਨਲ ਵਾਸਤੇ ਹੋ ਗਈ ਤੇ ਨੈਸ਼ਨਲ ਵਿੱਚ ਮੈਂ ਗਿਆ ਖੇਡਣ, ਛਿੰਦਵਾੜਾ ਹੋਈ ਸੀ MP ਦੇ ਵਿੱਚ ਤੇ ਉੱਥੇ ਗਿਆ ਤੇ ਉੱਥੇ ਵੀ ਮੈਂ ਗੋਲਡ ਮੈਡਲ ਇੰਡੀਆ ਦਾ, ਹਾਂਜੀ ਤੇ ਉਹ ਗੋਲਡ ਮੈਡਲ ਤੋਂ ਬਾਅਦ ਵਿੱਚ ਹਰ ਸਾਲ 99, 2000, 2001, 2003 ਮੈਂ ਲਗਾਤਾਰ ਯਾਨੀ ਕਿ ਮੈਂ ਚੈਂਪੀਅਨ ਰਿਹਾ ਇੰਡੀਆ ਦਾ। ਪਰ ਉਹ ਬਾਅਦ ਵਿੱਚ ਪਤਾ ਲੱਗਾ ਕਿ ਜਿਹੜੀ ਉਹ ਕੰਪੀਟੀਸ਼ਨ ਸੀ ਉਹ ਇੱਕ ਜਨਰਲ ਬੋਡੀ ਦੇ ਕੰਪੀਟੀਸ਼ਨ ਸੀਗੇ, ਔਰ ਜਿਹੜੀ ਪਾਵਰ ਲਿਫਟਿੰਗ ਜਨਰਲ ਬੋਡੀ ਦੀ ਆ ਉਹ ਅਨਰੀਕੋਗਨਾਈਜ਼ ਗੇਮ ਆ, ਉਹਨੂੰ ਗਵਰਨਮੈਂਟ ਦੇ ਵਿੱਚ ਕਿਤੇ ਮਾਨਤਾ ਨਹੀਂ ਹੈਗੀ ਮਤਲਬ ਕਿਸੇ ਵੀ। ਤੇ ਫਿਰ ਮੈਨੂੰ ਪਤਾ ਲੱਗਾ ਕਿ ਨਹੀਂ, ਜਿਹੜੇ ਡਿਫਰੈਂਟਲੀ ਏਬਲਡ ਸਪੋਰਟਸ ਪਰਸਨ ਹੈ ਉਹਨਾਂ ਦੀ ਪਾਵਰ ਲਿਫਟਿੰਗ ਦੇ ਵਾਸਤੇ ਜਾਂ ਉਹਨਾਂ ਦੀਆਂ ਗੇਮਾਂ ਵਾਸਤੇ ਇੱਕ ਪੈਰਾਲੰਪਿਕ ਕਮੇਟੀ ਆਫ ਇੰਡੀਆ ਇੱਕ ਸੰਸਥਾ ਬਣੀ ਹੋਈ ਆ, ਉਹਦੇ ਅੰਡਰ ਆਪਾਂ ਇੰਟਰਨੈਸ਼ਨਲ ਖੇਡ ਸਕਦੇ ਹਾਂ। ਫਿਰ ਮੈਂ ਉਹਨਾਂ ਦੇ ਸੰਪਰਕ ਵਿੱਚ ਆਇਆ 2003 ਦੇ ਵਿੱਚ, 2003 ਚ ਨੈਸ਼ਨਲ ਹੋਈ, ਮੈਂ ਗੋਲਡ ਮੈਡਲ ਉੱਥੇ ਵੀ ਲਿਆ, 4 ਚ ਹੋਈ ਉੱਥੇ ਨਾਲੇ ਗੋਲਡ ਮੈਡਲ ਲਿਆ, ਨਾਲੇ ਮੇਰੀ ਓਲੰਪਿਕ ਜਿਹੜੀ ਪੈਰਾਲੰਪਿਕ ਹੋਈ 2004 ਦੇ ਵਿੱਚ ਏਥੈਂਸ, ਉਹਦੇ ਵਾਸਤੇ ਮੇਰੀ ਸਿਲੈਕਸ਼ਨ ਹੋਈ। ਔਰ ਮੈਂ ਬਹੁਤ ਸ਼ੁਕਰ ਕਰਦਾ ਰੱਬ ਦਾ ਕਿ ਪਹਿਲੀ ਵਾਰ ਓਲੰਪਿਕ ਗਿਆ, ਔਰ ਓਲੰਪਿਕ ਦੇ ਵਿੱਚੋਂ ਵੀ ਉਹ ਇੰਡੀਆ ਦੇ ਵਾਸਤੇ ਪਾਵਰ ਲਿਫਟਿੰਗ ਦੇ ਪਹਿਲਾ ਮੈਡਲ ਸੀ ਉਹ, ਹੁਣ ਤੱਕ ਦਾ ਇੱਕੋ ਇੱਕ ਮੈਡਲ ਆ ਪਾਵਰ ਲਿਫਟਿੰਗ ਦਾ। ਹਾਂਜੀ ਕੀ ਬਾਤ ਹੈ ਜੀ। ਤੇ ਉਸ ਤੋਂ ਬਾਅਦ ਫਿਰ ਉਸ ਸੰਸਥਾ ਦੇ ਨਾਲ ਜੁੜ ਕੇ ਮੈਂ ਬਾਕੀ ਟੂਰਨਾਮੈਂਟਾਂ, ਓਲੰਪਿਕ ਦੇ ਵਿੱਚ ਕਿਹੜਾ ਮੈਡਲ ਸੀਗਾ? ਬ੍ਰੌਂਜ਼ ਮੈਡਲ ਸੀ ਮੇਰਾ। ਹਾਂਜੀ ਠੀਕ, ਬਹੁਤ ਵਧੀਆ ਜੀ। ਤੇ ਉਸ ਤੋਂ ਬਾਅਦ ਫਿਰ ਮੈਂ ਸਰ ਫਿਰ ਰੈਗੂਲਰਲੀ ਮੈਂ ਟ੍ਰੇਨਿੰਗ ਕਰਦਾ ਗਿਆ। 2006 ਦੇ ਵਿੱਚ ਏਸ਼ੀਆ ਗੇਮਾਂ ਦਾ ਮੇਰਾ ਬ੍ਰੌਂਜ਼ ਮੈਡਲ, 2007 ਦੇ ਵਿੱਚ ਸਿਲਵਰ ਮੈਡਲ ਵਰਲਡ ਗੇਮਾਂ ਦੇ ਵਿੱਚੋਂ, 2008 ਬੀਜਿੰਗ ਓਲੰਪਿਕ ਖੇਡੀ ਪਰ ਉੱਥੇ ਮੈਂ 5ਵੇਂ ਨੰਬਰ ਤੇ ਸੀਗਾ। ਅੱਛਾ ਹਾਂਜੀ। ਤੇ 2009 ਦੇ ਵਿੱਚ ਏਸ਼ੀਆ ਚੈਂਪੀਅਨਸ਼ਿਪ ਦਾ ਗੋਲਡ ਮੈਡਲ, ਵਰਲਡ ਗੇਮਾਂ ਦਾ ਗੋਲਡ ਮੈਡਲ, 2010 ਕਾਮਨਵੈਲਥ ਦਿੱਲੀ ਹੋਈ ਸੀਗੀ ਤੇ ਉਹਦੇ ਵਿੱਚ ਮੈਂ ਫੋਰਥ ਰਿਹਾ ਸੀਗਾ, ਬਾਈ ਚਾਂਸ ਮੇਰਾ ਫੌਲ ਹੋ ਗਿਆ ਇੱਕ। ਅੱਛਾ ਜੀ। ਹਾਂਜੀ। ਤੇ ਇਸ ਤੋਂ ਅੱਗੇ ਫਿਰ ਜਿਹੜੀ ਮੇਜਰ ਮੇਰੀ ਅਚੀਵਮੈਂਟ ਸੀ ਉਹ ਜਿਹੜੀ ਹੁਣ ਕਾਮਨਵੈਲਥ ਗਲਾਸਗੋ ਹੋਈ ਸਕਾਟਲੈਂਡ 2014 ਦੇ ਵਿੱਚ, ਉਹ ਸਿਲਵਰ ਮੈਡਲ ਮੈਂ ਇੰਡੀਆ ਵਾਸਤੇ ਜਿੱਤਿਆ। ਇੰਡੀਆ ਦੇ ਟੋਟਲ 64 ਮੈਡਲ ਸੀ ਜਿਨ੍ਹਾਂ ਵਿੱਚੋਂ ਇੱਕ ਮੇਰਾ ਸੀਗਾ। ਰਹੇਲੂ ਸਾਹਿਬ ਜੀ, ਤੁਹਾਡੀਆਂ ਇਹ ਖੇਡ ਪ੍ਰਾਪਤੀਆਂ ਨੇ, ਤੁਸੀਂ ਦੱਸ ਰਹੇ ਹੋ ਵੀ ਤੁਹਾਨੂੰ ਪਿੰਡ ਦੇ ਕਲੱਬ ਜਾਂ ਹੋਰ ਸੰਸਥਾਵਾਂ ਤੁਹਾਡਾ ਸਹਿਯੋਗ ਕਰਦੀਆਂ ਰਹੀਆਂ। ਜੀ ਸਰ। ਇਹਨਾਂ ਪ੍ਰਾਪਤੀਆਂ ਸਦਕਾ ਤੁਹਾਨੂੰ ਆਪਣੇ ਕੋਈ ਜਿਹੜਾ ਜੋਬ ਦੀ ਪ੍ਰਾਪਤੀ ਲਈ ਵੀ ਕੁਝ? ਜੀ ਸਰ, ਸਹੂਲਤ ਮਿਲੀ ਹੈ? ਹਾਂਜੀ ਬਿਲਕੁਲ ਸਰ, ਗੇਮ ਸ਼ੁਰੂ ਕਰਨ ਲੱਗਿਆ ਹੀ ਜਿਹੜਾ ਮੇਰਾ ਸਹਿਯੋਗੀਆਂ ਨੇ ਸਹਿਯੋਗ ਕੀਤਾ, ਜੱਜ ਪਹੁੰਚਿਆ ਜਿਹੜੇ ਸਥਾਨ ਤੇ। ਜੀ ਜੀ। ਕਿਉਂਕਿ ਜਦੋਂ ਮੈਂ ਗੇਮ ਸ਼ੁਰੂ ਕੀਤੀ ਆ ਉਦੋਂ ਡਿਫਰੈਂਟਲੀ ਏਬਲ ਜਿਹੜੀ ਸਪੋਰਟਸ ਸੀ ਉਹਦੀ ਇੰਨੀ ਮਾਨਤਾ ਨਹੀਂ ਸੀ ਤੇ ਉਹ ਜਿਹੜੇ ਵੀ ਟੂਰਨਾਮੈਂਟ ਲਈ ਜਾਣਾ ਪੈਂਦਾ ਸੀ ਤੇ ਸਾਨੂੰ ਆਪਣੇ ਖਰਚੇ ਤੇ ਆਪ ਇਕੱਠਾ ਕਰਕੇ ਪੈਸਾ ਜਾਣਾ ਪੈਂਦਾ ਸੀਗਾ, ਜਿਹਦੇ ਵਿੱਚ ਜਸਵੰਤ ਸਿੰਘ ਜਫਰ ਜੀ ਉਹਨਾਂ ਨੇ ਹੈਲਪ ਕੀਤੀ ਆ ਤੇ ਮੇਰੇ ਕੈਪਟਨ ਕੋਚ ਸਾਹਿਬ ਤੇ ਪਿੰਡ ਸਾਡੀ PHS ਯੂਥ ਐਂਡ ਸਪੋਰਟਸ ਕਲੱਬ ਗ੍ਰਾਮ ਪੰਚਾਇਤ ਆ ਇਹਨਾਂ ਨੇ ਕਰਕੇ ਜਦੋਂ ਅਰਜਨਾ ਵਾਰਡ ਮਿਲ ਗਿਆ। ਅਰਜਨਾ ਵਾਰਡ ਤੋਂ ਬਾਅਦ ਵਿੱਚ ਪੰਜਾਬ ਸਰਕਾਰ ਨੇ ਮੈਨੂੰ ਸਪੈਸ਼ਲ ਕੋਟੇ ਦੇ ਵਿੱਚ ਕੋਚ ਨਿਯੁਕਤ ਕੀਤਾ ਸੀਗਾ, ਮੇਰਾ ਸਪੈਸ਼ਲ ਕੇਸ ਜਿਹੜਾ ਕੈਬਨਿਟ ਕੌਂਸਲ ਦੇ ਵਿੱਚ ਗਿਆ ਸੀਗਾ, ਉੱਥੇ ਉਹਨਾਂ ਨੇ ਵਿਦ ਪੋਸਟ ਮੈਨੂੰ ਕੋਚ ਅਪੁਆਇੰਟ ਕੀਤਾ ਸੀਗਾ ਪੰਜਾਬ ਸਪੋਰਟਸ ਡਿਪਾਰਟਮੈਂਟ ਵਿੱਚ। ਠੀਕ ਹੈ ਜੀ ਸਰ। ਸਾਡੇ ਸਕੂਲਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਲੋੜਵੰਦ ਵਿਅਕਤੀ ਹੁੰਦੇ ਨੇ ਜੀ, ਤੇ ਪਰ ਉਹਨਾਂ ਦੇ ਵਿੱਚ ਇੱਕ ਸ਼ਕਤੀ ਹੁੰਦੀ ਆ, ਉਹ ਕੁਝ ਕਰਨ ਲਈ ਬੜੇ ਉਤਾਵਲੇ ਹੁੰਦੇ ਨੇ ਜੀ ਸਰ, ਤੇ ਉਹਨਾਂ ਦੇ ਲਈ ਕਿਹੜੀਆਂ ਕਿਹੜੀਆਂ ਗੇਮਸ ਹੈਗੀਆਂ ਨੇ ਜਿਹੜੀਆਂ ਦੇ ਵਿੱਚ ਉਹ ਜਾ ਸਕਦੇ ਹੈਗੇ? ਹਾਂਜੀ ਸਰ, ਇੱਦਾਂ ਹੈ ਕਿ ਜਿਹੜੀ ਗੇਮ ਇੱਕ ਆਮ ਪਲੇਅਰ ਕਰ ਖੇਡ ਸਕਦਾ ਹੈ, ਹਾਂਜੀ ਸੇਮ ਗੇਮ ਉਹ ਵੀ ਕਰ ਸਕਦੇ ਆ। ਅੱਛਾ ਜੀ। ਹਾਂਜੀ, ਸਾਡੇ ਇੱਦਾਂ ਕਿ ਐਥਲੈਟਿਕਸ ਦੇ ਵਿੱਚ ਜੇ ਜਨਰਲ ਜਿਹੜੇ ਆਮ ਖਿਡਾਰੀ ਆ ਉਹਨਾਂ ਦੀਆਂ ਇਵੈਂਟਾਂ ਦੱਸ ਆ ਤੇ ਸਾਡੇ ਉਹਦੇ ਵਿੱਚ ਜਾ ਕੇ 30-40 ਬਣ ਜਾਂਦੀਆਂ। ਹਰ ਇੱਕ ਮਤਲਬ ਡਿਸੇਬਿਲਿਟੀ ਕੈਟਾਗਰੀ ਅਲੱਗ ਬਣਾਤੀ ਗਈ ਹੈਗੀ ਆ ਕਿ ਜੇ ਕਿਸੇ ਦੀ ਲੱਤਾਂ ਤੋਂ ਡਿਸੇਬਲ ਆ ਉਹਦੀ ਅਲੱਗ ਕੈਟਾਗਰੀ ਆ, ਜੇ ਬਾਹਾਂ ਤੋਂ ਉਹਦੀ ਅਲੱਗ ਆ, ਜੇ ਨੇਤਰਹੀਣ ਆ ਤਾਂ ਉਹਦੀ ਅਲੱਗ ਆ। ਠੀਕ ਹੈ ਜੀ, ਇਸ ਤਰੀਕੇ ਨਾਲ ਅਲੱਗ ਅਲੱਗ ਕੈਟਾਗਰੀਜ਼ ਹੈਗੀਆਂ ਤੇ ਉਹ ਮੈਨੂੰ ਲੱਗਦਾ ਵੀ ਜਿਹੜਾ ਵੀ ਕੋਈ ਸਪੋਰਟਸ ਕਰਨੀ ਚਾਹੁੰਦਾ ਆ ਉਹ ਆਪਣੇ DP ਸਾਹਿਬ ਜਾਂ PT ਜੋ ਵੀ ਹੈਗੇ ਉਹਨਾਂ ਤੋਂ ਗਾਈਡਲਾਈਨ ਲੈ ਕੇ ਆਪਣੀ ਟ੍ਰੇਨਿੰਗ ਕਰਨ। ਅਗਰ ਹੋਰ ਨੌਲੇਜ, ਅੱਜ ਕੱਲ੍ਹ ਤਾਂ ਕਹਿੰਦੇ ਜੀ ਇੰਟਰਨੈਟ ਦਾ ਜ਼ਮਾਨਾ ਹੈਗਾ, ਤੁਸੀਂ ਜੋ ਵੀ ਲੱਭ ਸਕਦੇ ਆ। ਆਪਣੇ ਪੈਰਾਓਲੰਪਿਕ ਕਮੇਟੀ ਆਫ ਪੰਜਾਬ ਦਾ ਗਠਨ ਹੋਇਆ ਆ ਚੰਡੀਗੜ੍ਹ ਦੇ ਵਿੱਚ। ਅੱਛਾ ਜੀ। ਉਹ ਨੈਸ਼ਨਲ ਲੈਵਲ ਤੱਕ ਟੀਮ ਲੈ ਕੇ ਜਾਂਦੀ ਆ ਜਾਂ ਪਰਸਨਲੀ ਮੇਰੇ ਨਾਲ ਵੀ ਕਰ ਸਕਦੇ ਆ ਲਿੰਕ। ਤੇ ਮੈਨੂੰ ਲੱਗਦਾ ਕਿ ਅੱਜ ਦੇ ਜ਼ਮਾਨੇ ਦੇ ਵਿੱਚ
ਗਾਈਡਲਾਈਨ ਲੈਣੀ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੈਗੀ। ਅਜਿਹਾ ਵਿਅਕਤੀ ਕੋਈ ਵੀ ਵੈਸੇ ਤਾਂ ਆਮ ਵਿਅਕਤੀ ਵੀ ਜਦੋਂ ਪ੍ਰਾਪਤੀਆਂ ਕਰਦਾ ਉਹਦਾ ਹੌਸਲਾ ਵੱਧਦਾ ਜੀ ਸਰ, ਪਰ ਜਿਹੜਾ ਡਿਫਰੈਂਟਲੀ ਏਬਲਡ ਆ ਉਹਦਾ ਹੋਰ ਵੀ ਹੌਸਲਾ ਵੱਧਦਾ ਜੀ ਬਿਲਕੁਲ। ਮੈਂ ਏਡੀ ਵੱਡੀ ਪ੍ਰਾਪਤੀ ਕੀਤੀ ਆ ਜੀ ਬਿਲਕੁਲ, ਉਹਦੀ ਇੱਕ ਮਦਦ ਹੀ ਕਹਿ ਸਕਦੇ ਹਾਂ ਕਿ ਅਸੀਂ ਉਹਦਾ ਸਹਿਯੋਗ ਕਰਾਂਗੇ ਤਾਂ ਬੜਾ ਸਰ ਜੀ ਬਿਲਕੁਲ। ਜਦੋਂ ਮੈਂ ਗੇਮ ਸ਼ੁਰੂ ਕੀਤੀ ਜੀ ਉਦੋਂ ਤਾਂ ਪੈਰਾਲੰਪਿਕ ਦੇ ਬਾਰੇ ਪਤਾ ਵੀ ਨਹੀਂ ਸੀਗਾ, ਪਿੰਡਾਂ ਦੇ ਵਿੱਚ ਤਾਂ ਬਹੁਤ ਦੂਰ ਦੀ ਗੱਲ ਹੈ, ਸ਼ਹਿਰਾਂ 'ਚ ਵੀ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਡਿਫਰੈਂਟਲੀ ਏਬਲਡ ਸਪੋਰਟਸ ਕੋਈ ਹੈ, ਪੈਰਾ ਸਪੋਰਟਸ ਕੋਈ ਹੈ। ਪਰ ਅੱਜ ਦਾ ਤੇ ਬਹੁਤ ਜ਼ਿਆਦਾ ਬਦਲਾਅ ਆ ਗਿਆ ਹੈਗਾ ਜੀ ਜੀ। ਅੱਜ ਤਾਂ ਗਵਰਨਮੈਂਟ ਦੀ ਪਾਲਿਸੀ ਲੈ ਲਓ, ਪੰਜਾਬ ਸਪੋਰਟਸ ਦੀ ਪਾਲਿਸੀ ਲੈ ਲਓ, ਜਿਹੜੇ ਕੈਸ਼ ਪ੍ਰਾਈਜ਼ ਜਾਂ ਅਵਾਰਡ ਹੈਗੇ ਆ ਉਹ ਐਟ ਪਾਰ ਕਰ ਦਿੱਤੇ ਆ, ਜਨਰਲ ਦੇ ਬਰਾਬਰ ਕਰ ਦਿੱਤੇ ਗਏ ਆ। ਹਾਂਜੀ, ਜਿਹੜੀ ਆਪਣੀ ਪੋਸਟਿੰਗ ਆ ਪਲੇਸਮੈਂਟ ਆ ਉਹ ਬਿਲਕੁਲ ਐਡ ਪਾਰ ਹੋ ਗਈ ਆ। ਤੇ ਮੈਂ ਮੰਨਦਾ ਕਿ ਜੇ ਕੋਈ ਵਿਦਿਆਰਥੀ ਜਾਂ ਜਿਹੜਾ ਡਿਫਰੈਂਟ ਸਪੋਰਟਸ ਕਰਨੀ ਚਾਹੁੰਦਾ ਆ ਤੇ ਉਹ ਅੱਗੇ ਬਹੁਤ ਵਧੀਆ ਆਪਣਾ ਫਿਊਚਰ ਬਣਾ ਸਕਦਾ ਹੈ ਸਪੋਰਟਸ ਦੇ ਵਿੱਚ ਵੀ ਆ। ਬਿਲਕੁਲ ਬਿਲਕੁਲ। ਬਹਿਲੂ ਸਾਹਿਬ, ਤੁਹਾਡੀ ਕੋਈ ਸੰਸਥਾ ਜਾਂ ਤੁਸੀਂ ਨਿੱਜੀ ਪੱਧਰ ਤੇ ਇਹਨਾਂ ਖਿਡਾਰੀਆਂ ਲਈ ਕੁਝ ਯੋਗਦਾਨ ਪਾ ਰਹੇ ਹੋ? ਹਾਂਜੀ ਬਿਲਕੁਲ ਸਰ, ਵੈਸੇ ਮੈਂ ਅੱਜ ਦੀ ਡੇਟ ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਵਿੱਚ ਮੈਂ ਜੋਬ ਕਰਦਾ ਆ, NIS ਪਟਿਆਲੇ ਮੇਰੀ ਡਿਊਟੀ ਹੈਗੀ ਆ ਜੀ ਜੀ। ਤੇ ਪਰ ਉਹਦੇ ਨਾਲ ਨਾਲ ਅਸੀਂ ਪਿੰਡ ਗੁਹਾਵਰ ਆ ਫਵਾੜੇ ਤੋਂ ਉੱਤੇ 4 ਕਿਲੋਮੀਟਰ ਪਿੱਛੇ ਗੁਰਾਂ ਵੱਲ, ਉੱਥੇ ਅਸੀਂ ਪੈਰਾ ਸਪੋਰਟਸ ਅਕੈਡਮੀ ਬਣਾਈ ਹੋਈ ਆ। ਅੱਛਾ ਜੀ। ਜਿੱਥੇ ਅਸੀਂ ਪੰਜਾਬ ਦੇ ਵਿੱਚੋਂ ਕੋਈ ਵੀ ਪਲੇਅਰ ਕੋਈ ਵੀ ਗੇਮ ਕਰਨੀ ਚਾਹੁੰਦਾ, ਬੇਸ਼ੱਕ ਮੈਂ ਖੁਦ ਪਾਵਰ ਲਿਫਟਰ ਆ ਪਰ ਉਹ ਕੋਈ ਵੀ ਗੇਮ ਕਰਨਾ ਚਾਹੁੰਦਾ ਅਸੀਂ ਉਹਨੂੰ ਮੁੱਢਲੀ ਸੇਧ ਦਿੰਦੇ ਆ, ਜਾਂ ਜਿਹੜੇ ਜਿਹੜੀ ਗੇਮ ਉਹ ਕਰਨਾ ਚਾਹੁੰਦਾ ਉਹਨਾਂ ਦੇ ਨਾਲ ਜਿਹੜੇ ਅਗਲੇ ਅਹੁਦੇਦਾਰ ਹੈਗੇ ਆ ਉਹਨਾਂ ਦੇ ਨਾਲ ਉਹਨਾਂ ਨੂੰ ਕੰਟੈਕਟ ਕਰਾਉਂਦੇ ਆ ਕਿ ਇਹ ਕਰਨੀ ਚਾਹੁੰਦੇ ਆ, ਜਾਂ ਜਿਹੜੀ ਮੁੱਢਲੀ ਉਹਨੂੰ ਸਹਾਇਤਾ ਦੇਣੀ ਦੇ ਸਕਦੇ ਜਿੰਨੀ ਉਹ ਅਸੀਂ ਦਿੰਦੇ ਹਾਂ। ਬਾਕੀ ਜਿਹੜੀ ਪਾਵਰ ਲਿਫਟਿੰਗ ਆ ਉਹ ਤਾਂ ਰੈਗੂਲਰ ਸਾਡੀ ਚੱਲਦੀ ਹੈ ਜੀ। ਰਹੇਲੋ ਜੀ, ਤੁਹਾਡਾ ਇਹ ਉਪਰਾਲਾ ਜਿਹੜਾ ਅਕੈਡਮੀ ਵਾਲਾ ਇਹ ਬਹੁਤ ਵਧੀਆ, ਤੇ ਜਿਹੜਾ ਵੀ ਕੋਈ ਲੋੜਵੰਦ ਵਿਅਕਤੀ ਆ ਉਹ ਤੁਹਾਡੇ ਨਾਲ ਉੱਥੇ ਸੰਪਰਕ ਕਰ ਸਕਦਾ ਜੀ ਸਰ। ਸੋ ਇਸ ਤੋਂ ਇਲਾਵਾ ਵੀ ਤੁਸੀਂ ਕੋਈ ਆਪਣੀ ਮੇਲ ਆਈਡੀ ਜਾਂ ਫੋਨ ਨੰਬਰ ਵਗੈਰਾ ਦੇ ਸਕਦੇ ਹੋ ਸਾਡੇ ਨੌਜਵਾਨਾਂ ਨੂੰ ਵੀ ਉੱਥੇ ਸੰਪਰਕ ਕਰ ਸਕਣ? ਹਾਂਜੀ ਸਰ, ਮੇਰਾ ਪਰਸਨਲ ਨੰਬਰ ਆ 9872912048 ਜੀ। ਜਿਹੜੇ ਸਾਡੇ ਅਕੈਡਮੀ ਇੰਚਾਰਜ ਆ ਪ੍ਰਵਿੰਦਰ ਸਿੰਘ ਪੰਜਾਬ ਪੁਲਿਸ, ਉਹ ਉੱਥੇ ਅਕੈਡਮੀ ਮਤਲਬ ਦੇਖਦੇ ਆ, ਉਹਨਾਂ ਦਾ ਨੰਬਰ ਹੈਗਾ ਜੀ 9803064100 ਜੀ ਜੀ। ਤੇ ਇਹਨਾਂ ਤੇ ਸਾਨੂੰ ਕੰਟੈਕਟ ਕਰ ਲੈਣਗੇ। ਮੇਰਾ ਈਮੇਲ ਆਈਡੀ ਜਿਹੜਾ ਆ hellosodi@yahoo.com ਹੈਗਾ, ਉਹਦੇ ਉੱਤੇ ਕੰਟੈਕਟ ਕਰ ਸਕਦੇ ਆ। ਤੇ ਮੈਂ ਸਾਨੂੰ ਬੜੀ ਖੁਸ਼ੀ ਹੋਊਗੀ ਜੇ ਅਸੀਂ ਕਿਸੇ ਵੀ ਭੈਣ ਜਾਂ ਭਰਾ ਲਈ ਆਪਣੇ ਕਿਸੇ ਕੰਮ ਆ ਸਕੀਏ ਜਾਂ ਉਹਨਾਂ ਨੂੰ ਅੱਗੇ ਕੁਛ ਦੱਸ ਸਕੀਏ। ਰਹੇਲੋ ਜੀ, ਤੁਹਾਡੀਆਂ ਹੁਣ ਤੱਕ ਦੀਆਂ ਖੇਡ ਪ੍ਰਾਪਤੀਆਂ ਬਾਕਮਾਲ ਨੇ, ਸਲਾਮ ਕਰਦੇ ਹਾਂ ਅਸੀਂ ਇਹਨਾਂ ਨੂੰ। ਤੇ ਤੁਹਾਡੀ ਭਵਿੱਖ ਦੀਆਂ ਕੀ ਯੋਜਨਾਵਾਂ ਨੇ ਅੱਜ ਕੱਲ੍ਹ? ਸਰ, ਭਵਿੱਖ ਦੀਆਂ ਯੋਜਨਾਵਾਂ, ਮੈਂ NIS ਦੇ ਵਿੱਚ ਕੋਚ ਹੋਣ ਦੇ ਨਾਲ ਨਾਲ ਐਕਟਿਵ ਪਲੇਅਰ ਆ। ਅੱਛਾ ਜੀ। ਮੈਂ ਹੁਣ ਮੇਰੀ ਟ੍ਰੇਨਿੰਗ ਚੱਲ ਰਹੀ ਆ ਇਸ ਰੀਓ ਓਲੰਪਿਕ ਵਾਸਤੇ, ਮੇਰੀ ਮੈਂ ਨਹੀਂ ਜਾ ਸਕਿਆ, ਪਰ ਮੇਰੀ ਅਗਲੇ ਜਿਹੜੇ ਆਉਣ ਵਾਲੀ ਏਸ਼ੀਆ ਗੇਮਾਂ ਤੇ ਕਾਮਨਵੈਲਥ ਗੇਮਾਂ ਆ ਉਹ ਮੇਰਾ ਮੇਨ ਟਾਰਗੇਟ ਆ ਜੀ। ਇੱਕ ਨਵਾਂ ਇਤਿਹਾਸ ਸ਼ੁਰੂ ਹੋਣ ਜਾ ਰਿਹਾ ਸ਼ਾਇਦ, ਕਿ ਗਾਂਧੀ ਨਗਰ ਸਾਈ ਸੈਂਟਰ ਦੇ ਵਿੱਚ ਡਾਇਰੈਕਟਰ ਸਾਹਿਬ ਨੇ ਆਪਣੇ ਬਲਬੂਤੇ ਤੇ, ਜਿੱਦਾਂ ਕਿ ਜਨਰਲ ਪਲੇਅਰਾਂ ਦਾ ਕੈਂਪ ਲੱਗਦਾ ਆ, ਇੱਦਾਂ ਹੀ ਪੈਰਾ ਸਪੋਰਟਸ ਦਾ ਵੀ ਕੈਂਪ ਲਗਾਉਣ ਜਾ ਰਹੇ ਆ ਉਹ ਗਵਰਨਮੈਂਟ ਨੂੰ ਸਪੈਸ਼ਲ ਰਿਕੁਐਸਟ ਕਰਕੇ, ਜਿਹਦੇ ਵਿੱਚ ਪਾਵਰ ਲਿਫਟਿੰਗ ਵੀ ਹੋਊਗੀ, ਅਥਲੈਟਿਕ ਵੀ ਹੋਊਗੀ, ਸਾਰੀਆਂ ਗੇਮਾਂ। ਤੇ ਮੈਨੂੰ ਲੱਗਦਾ ਕਿ ਜੇ ਉਹ ਪਾਵਰ ਲਿਫਟਿੰਗ ਦਾ ਕੈਂਪ ਏਸ਼ੀਆ ਗੇਮਾਂ 2018 ਤੱਕ ਦਾ ਲੱਗਾ ਤੇ ਉੱਥੇ ਮੇਰੀ ਡਿਊਟੀ ਸਾਈ ਵੱਲੋਂ ਲੱਗੂਗੀ, ਤਾਂ ਮੈਨੂੰ ਵਧੀਆ ਹੋਊਗਾ ਕਿ ਮੈਂ ਉਹਨਾਂ ਪਲੇਅਰਾਂ ਨੂੰ ਟ੍ਰੇਨਿੰਗ ਦਿੰਦਿਆਂ ਮੈਂ ਨਾਲ ਆਪਣੀ ਟ੍ਰੇਨਿੰਗ ਵੀ ਜਾਰੀ ਕਰੂੰਗਾ। ਤੇ ਹੋ ਸਕਦਾ ਕਿ ਏਸ਼ੀਆ ਦੇ ਵਿੱਚ ਮੈਂ ਆਪਣੇ ਸਟੂਡੈਂਟਸ ਦੇ ਨਾਲ ਐਜ ਏ ਪਲੇਅਰ ਤੇ ਐਜ ਏ ਕੋਚ ਦੋਨੇ ਤਰੀਕੇ ਨਾਲ ਉੱਥੇ ਪਾਰਟੀਸਪੇਟ ਕਰਾਂ, ਇਹ ਮੇਰਾ ਮੇਨ ਟਾਰਗੇਟ ਆ ਜੀ। ਰਹੇਲੂ ਸਾਹਿਬ, ਤੁਹਾਡੀਆਂ ਬੜੀਆਂ ਵੱਡੀਆਂ ਪ੍ਰਾਪਤੀਆਂ ਨੇ, ਬੜਾ ਵੱਡਾ ਲੰਮਾ ਤੁਹਾਡਾ ਸੰਘਰਸ਼ ਹੈਗਾ, ਤੇ ਤੁਹਾਡੀਆਂ ਗੱਲਾਂ ਤੋਂ ਇਹ ਬਿਲਕੁਲ ਪ੍ਰਤੱਖ ਹੋਈ ਹੈ ਗੱਲ ਕਿ ਤੁਹਾਡੇ ਜਜ਼ਬੇ ਦੇ ਕਰਕੇ ਹੀ ਸਾਰਾ ਕੁਝ ਸੰਭਵ ਹੋ ਸਕਿਆ ਜੀ ਸਰ। ਲਾਈਫ ਦੇ ਵਿੱਚ ਤੁਹਾਨੂੰ ਬੜੀਆਂ ਸਮੱਸਿਆਵਾਂ ਆਈਆਂ, ਹੈ ਨਾ ਜੀ, ਬੜੀ ਦੂਰ ਜਾਣਾ ਪੈਂਦਾ ਹੋਣਾ ਮੁਕਾਬਲੇ ਦੇ ਲਈ ਜਾਂ ਹੋਰ ਖੇਡਾਂ ਦੇ ਲਈ, ਤੇ ਉੱਥੇ ਕਦੇ ਤੁਹਾਨੂੰ ਥੋੜਾ ਜਿਹਾ ਔਖ ਨਹੀਂ ਮਹਿਸੂਸ ਹੋਈ ਵੀ ਮੈਂ ਔਖਿਆਈ ਮੰਨਦਾ ਇਹਦੇ ਵਿੱਚ ਜਾਂ ਤੁਹਾਡੀ ਫਿਰ? ਸਰ, ਮੇਰੀ ਇੱਕ ਸਿਗਿਪ ਜਦੋਂ ਵੀ ਟ੍ਰੇਨਿੰਗ ਕਰਨੀ ਆ, ਮੈਂ ਇੱਕ ਡਿਫਰੈਂਟਲੀ ਏਬਲ ਹੋਣ ਦੇ ਨਾਲ ਨਾਲ ਮੈਂ ਇਹ ਪਾਵਰ ਲਿਫਟਿੰਗ ਦੀ ਇਕੱਲਾ ਟ੍ਰੇਨਿੰਗ ਨਹੀਂ ਕਰ ਸਕਦਾ, ਮੈਨੂੰ ਇੱਕ ਸਪੋਰਟਰ ਚਾਹੀਦਾ ਜਿਹੜਾ ਕਿ ਪਲੇਟਸ ਵੀ ਪਾਵੇ ਔਰ ਮੈਨੂੰ ਸਪੋਰਟ ਵੀ ਕਰੇ, ਹੈ ਨਾ ਜੀ। ਜੀ ਜੀ। ਤੇ ਮੈਂ ਕਦੀ ਇਹ ਨਹੀਂ ਸੀ ਕਿ ਇੱਕ ਬੰਦਾ ਮੈਨੂੰ ਸਪੋਰਟ ਕਰ ਰਿਹਾ ਉਹ ਅੱਜ ਹਟ ਗਿਆ ਤੇ ਮੈਂ ਬਹਿ ਜਾਵਾਂ, ਮੇਰਾ ਇਹ ਸੋਚਣਾ ਹੁੰਦਾ ਸੀ ਜੇ ਅੱਜ ਉਹ ਹਟ ਗਿਆ ਤਾਂ ਮੈਂ ਦੂਜਾ ਬੰਦਾ ਲੱਭਣਾ ਆ।
ਜੀ ਉਹ ਕਿੱਥੋਂ ਲੱਭਣਾ ਕਿਹਨੂੰ ਤਿਆਰ ਕਰਨਾ ਤੇ ਉਹ ਉਸ ਤਿਆਰ ਕੀਤਾ ਮੈਂ ਅੱਜ ਦੱਸਦਾ ਵੀ ਅੱਜ 2016 ਹੋ ਗਿਆ ਮੈਂ 96 ਤੋਂ ਸ਼ੁਰੂ ਕੀਤੀ ਸੀ 20 ਸਾਲ ਦਾ ਸਫ਼ਰ ਆ ਔਰ 20 ਸਾਲ ਦੇ ਵਿੱਚ ਮੈਂ ਟ੍ਰੇਨਿੰਗ ਕੀਤੀ ਔਰ 20 ਸਾਲ ਮੈਂ ਇਕੱਲੇ ਨੇ ਟ੍ਰੇਨਿੰਗ ਤਾਂ ਨਹੀਂ ਕੀਤੀ ਹੈਗੀ ਪਰ ਮੇਰੇ ਨਾਲ ਕਿੰਨੇ ਸਪੋਰਟਰ ਆਏ ਆ ਮੈਂ ਕਦੀ ਇਹ ਨਹੀਂ ਮਹਿਸੂਸ ਕੀਤਾ ਕਿ ਜੇ ਉਹ ਅੱਜ ਔਰ ਉਹ ਟ੍ਰੇਨਿੰਗ ਤੱਕ ਆਉਂਦੇ ਨਹੀਂ ਹੁਣ ਮੈਂ ਕੀ ਕਰਾਂ ਨਹੀਂ ਮੈਂ ਦੂਸਰਾ ਤੇ ਇਹ ਸਾਰੇ ਜਜ਼ਬੇ ਦੇ ਪਿੱਛੇ ਮੇਰੇ ਫਾਦਰ ਸਾਹਿਬ ਦਾ ਬਹੁਤ ਵੱਡਾ ਹੱਥ ਆ ਉਹਨੇ ਇੱਕ ਗੱਲ ਕਹੀ ਸੀ ਕਿ ਜਿਹੜਾ ਕੰਮ ਤੁਸੀਂ ਕਰਨਾ ਆ ਉਹਨੂੰ ਕਰੋ ਉਹਦੇ ਰਿਜ਼ਲਟ ਬਾਰੇ ਪਹਿਲਾਂ ਨਾ ਸੋਚੋ ਵੀ ਉਹ ਤੋਂ ਕੀ ਮਿਲਣਾ ਤੁਸੀਂ ਕੰਮ ਕਰ ਲਿਆ ਕਿ ਇੱਕ ਵਧੀਆ ਕੰਮ ਹੈ ਤੇ ਕਰਨ ਲੱਗੇ ਆ ਤੁਸੀਂ ਕਰੋ ਫਿਰ ਉਹਦੇ ਵਿੱਚ ਕੀ ਆਉਂਦੀ ਪ੍ਰੋਬਲਮ ਆਉਂਦੀਆਂ ਉਹਨੂੰ ਸੋਲਟ ਆਊਟ ਕਿੱਦਾਂ ਕਰਨੀ ਆ ਪਰ ਉਹ ਜਿਹੜਾ ਕਰਨਾ ਤੇ ਕਰਨਾ ਫਾਦਰ ਸਾਹਿਬ ਦਾ ਕਾਫੀ ਮਤਲਬ ਚੜ੍ਹਦੀ ਕਲਾ ਵਾਲਾ ਸੁਭਾਅ ਰਿਹਾ ਉਹ ਮੈਂ ਤੁਹਾਨੂੰ ਵਾਕਿਆ ਦੱਸਦਾ ਕਿ ਮੈਂ ਕੰਪੀਟੀਸ਼ਨ ਤੇ ਜਾਣਾ ਸੀਗਾ ਮੈਂ ਦੋ ਮੁੰਡੇ ਤਿਆਰ ਕੀਤੇ ਸੀਗੇ ਰਾਤ ਨੂੰ ਮੈਂ ਕਿਹਾ ਆਪਾਂ ਸਵੇਰੇ 4 ਵਜੇ ਜਾਣਾ ਆ ਅੰਮ੍ਰਿਤਸਰ ਕੰਪੀਟੀਸ਼ਨ ਆ ਤੇ ਆਪਾਂ 4 ਵਜੇ ਚੱਲਾਂਗੇ ਤਾਂ 8 ਵਜੇ ਪਹੁੰਚ ਜਾਂਗੇ ਤੇ 10-11 ਵਜੇ ਕੰਪੀਟੀਸ਼ਨ ਆ ਤੇ ਮੈਂ ਸਵੇਰੇ 4 ਵਜੇ ਇਹਨਾਂ ਨੂੰ ਉਠਾਲਣ ਵਾਸਤੇ ਫੋਨ ਕੀਤਾ ਮੈਂ ਕਿਹਾ ਵੀ ਚਲੋ ਚੱਲੀਏ ਮੁੰਡੇ ਤੇ ਉਹਨਾਂ ਨੇ ਉਹ ਕਹਿੰਦੇ ਭਾਜੀ ਸਾਡੇ ਘਰਦਿਆਂ ਨਾਲ ਅਲਾਓ ਨਹੀਂ ਕੀਤਾ ਵੀ ਜਿੱਦਾਂ ਉਹ 11ਵੀਂ 12ਵੀਂ 'ਚ ਪੜ੍ਹਦੇ ਸੀਗੇ ਵੀ ਛੋਟੇ ਆ ਇਸ ਕਰਕੇ ਨਹੀਂ ਜਾ ਸਕਦੇ ਦੂਰ ਜਾਣਾ ਤੇ ਮੈਂ ਉਹ ਜਦੋਂ ਉਸੇ ਮੂਮੈਂਟ ਉਹ ਆਪਣੇ ਫਾਦਰ ਸਾਹਿਬ ਨਾਲ ਸ਼ੇਅਰ ਕੀਤਾ ਕਿ ਡੈਡੀ ਇੱਦਾਂ ਕਹਿੰਦੇ ਆ ਉਹ ਕਹਿੰਦੇ ਫਿਰ ਕੀ ਹੋਇਆ ਕੋਈ ਗੱਲ ਨਹੀਂ ਵੀ ਮੈਂ ਚੱਲ ਚੱਲਦਾ ਉਹਨਾਂ ਨੇ ਬੜੀ ਹਿੰਮਤ ਨਾਲ ਉਦੋਂ ਮੇਰੇ ਨਾਲ ਉਹ ਗਏ ਜਾ ਕੇ ਕੰਪਨੀ ਲੜਾ ਮਤਲਬ ਉਹਨਾਂ ਦੇ ਵਿੱਚ ਇਹ ਜਜ਼ਬਾ ਸੀਗਾ ਕਿ ਚੜ੍ਹਦੀ ਕਲਾ 'ਚ ਰਹਿਣਾ ਔਰ ਜਿਹੜਾ ਕੰਮ ਕਰਨਾ ਉਹਦੇ ਫਲ ਦੀ ਇੱਛਾ ਨਹੀਂ ਰੱਖਣੀ ਨਾ ਇਹ ਸੋਚਣਾ ਵੀ ਮੈਨੂੰ ਮਿਲੂਗਾ ਕੀ ਜੇ ਤੁਹਾਨੂੰ ਲੱਗਦਾ ਵੀ ਕੰਮ ਚੰਗਾ ਆ ਤੇ ਫਿਰ ਕਰਨਾ ਆ ਪਹਿਲੀ ਗੱਲ ਤੇ ਪ੍ਰਮਾਤਮਾ ਕਿਸੇ ਦੀ ਕਰੋਪੀ ਨਾ ਹੀ ਹੋਵੇ ਆਪਾਂ ਇਹ ਅਰਦਾਸ ਕਰਦੇ ਹਾਂ ਜੇ ਕਿਤੇ ਆ ਵੀ ਜਾਂਦੇ ਤੇ ਮੈਨੂੰ ਲੱਗਦਾ ਪੇਰੈਂਟਸ ਦਾ ਆਪਣੇ ਬੱਚੇ ਦੀ ਸ਼ਖਸੀਅਤ ਨੂੰ ਸਵਾਰਨ ਦੇ ਵਿੱਚ 99% ਮੈਂ ਮੰਨਦਾ ਵੀ 99% ਜਿਹੜਾ ਰੋਲ ਆ ਉਹ ਪੇਰੈਂਟਸ ਦਾ ਮੈਂ ਤਾਂ ਇਹ ਦੇਖਿਆ ਕਿ ਸਮਾਜ ਦੇ ਵਿੱਚ ਜੇ ਕਿਸੇ ਘਰ ਦੇ ਵਿੱਚ ਕੋਈ ਡਿਫਰੈਂਟਲੀ ਏਬਲ ਪੈਦਾ ਹੋ ਜਾਂਦਾ ਬੱਚਾ ਤੇ ਉਹ ਮਾਂ ਬਾਪ ਨੇ ਹੌਸਲਾ ਦੇਣ ਦੀ ਬਜਾਏ ਖੁਦ ਰੋਣ ਲੱਗ ਪੈਂਦੇ ਆ ਉਹਨਾਂ ਨੇ ਆਪ ਰੋਣ ਵਿਰਲਾਪ ਕਰਨ ਲੱਗ ਪੈਣਾ ਸਾਡੇ ਐਂ ਹੋ ਗਿਆ ਮੈਨੂੰ ਲੱਗਦਾ ਨੀ ਏਦਾਂ ਅਗਰ ਬੱਚੇ ਨੂੰ ਤੁਸੀਂ ਆਪ ਹੀ ਹੌਸਲਾ ਢਾਉਂਗੇ ਤੇ ਬੱਚੇ ਤੁਸੀਂ ਤਾਂ ਮਤਲਬ ਇੱਕ ਲੈਵਲ ਤੇ ਇੱਕ ਏਜ ਵੀ ਆਪਾਂ ਇੱਕ ਲੈਵਲ ਤੇ ਹੈਗੀ ਆ ਪਰ ਬੱਚੇ ਨੇ ਸ਼ੁਰੂਆਤ ਕੀਤੀ ਆ ਉਹਨੂੰ ਤਾਂ ਮੈਨੂੰ ਲੱਗਦਾ ਵੀ ਚੜ੍ਹਦੀ ਕਲਾ 'ਚ ਹੀ ਰੱਖਣਾ ਚਾਹੀਦਾ ਉਹਨੂੰ ਪੋਜ਼ਿਟਿਵ ਥਿੰਕਿੰਗ ਦੇਣੀ ਚਾਹੀਦੀ ਆ ਤੇ ਉਹਦੇ ਨਾਲ ਜੇ ਅੱਜ ਮੈਂ ਇੱਥੇ ਪਹੁੰਚ ਸਕਦਾ ਮੈਨੂੰ ਲੱਗਦਾ ਦੁਨੀਆ ਦਾ ਕੋਈ ਵੀ ਜੇ ਕੋਈ ਲੋੜਵੰਦ ਹੈਗਾ ਆ ਵਿਅਕਤੀ ਉਹ ਪਹੁੰਚ ਸਕਦਾ ਆ ਬਸ਼ਰਤੇ ਕਿ ਹੌਸਲਾ ਹੋਵੇ ਤਾਂ ਉਹਨੂੰ ਆਪਾਂ ਹਿੰਮਤ ਦਈਏ ਮੈਂ ਸਮਾਜ ਦੇ ਵਿੱਚ ਵੀ ਆਪਣੇ ਭੈਣਾਂ ਭਰਾਵਾਂ ਨੂੰ ਇਹੀ ਰਿਕੁਐਸਟ ਕਰਦਾ ਕਿ ਜੇ ਕੋਈ ਡਿਫਰੈਂਟਲੀ ਏਬਲ ਸਮਾਜ ਦੇ ਵਿੱਚ ਹੈ ਤੇ ਉਹਨੂੰ ਹਮੇਸ਼ਾ ਹੀ ਉਹਨੂੰ ਪੋਜ਼ਿਟਿਵ ਰੱਖਣ ਦੀ ਕੋਸ਼ਿਸ਼ ਕਰੀਏ ਤਾਂ ਕਿ ਉਹ ਵੀ ਆਪਣੇ ਇੱਕ ਵਧੀਆ ਮੰਜ਼ਿਲ ਤੇ ਪਹੁੰਚ ਸਕੇ ਜੀ ਬਿਲਕੁਲ ਹੇਲੋ ਸਾਹਿਬ ਇਸ ਕੁਦਰਤੀ ਕਰੋਪੀ ਵਾਲੇ ਜਿਹੜੇ ਵਿਅਕਤੀ ਆ ਬੱਚੇ ਆ ਉਹ ਜਦੋਂ ਸਾਡੇ ਵਿਦਿਆਰਥੀ ਆਮ ਵਿਦਿਆਰਥੀਆਂ ਨਾਲ ਵਿਚਰਦੇ ਆ ਉਹਨਾਂ ਦੇ ਮਨ ਦੇ ਵਿੱਚ ਕੁਝ ਵੱਖਰੀਆਂ ਭਾਵਨਾਵਾਂ ਆਉਂਦੀਆਂ ਹੋਣਗੀਆਂ ਤੇ ਤੁਹਾਡੇ ਵੀ ਕੁਝ ਇੱਦਾਂ ਦੀ ਫੀਲਿੰਗ ਹੁੰਦੀ ਹੋਣੀ ਆ ਉਦੋਂ ਜਦੋਂ ਤੁਸੀਂ ਪੜ੍ਹਦੇ ਸੀਗੇ ਤੇ ਕਿੱਦਾਂ ਦੀਆਂ ਭਾਵਨਾਵਾਂ ਸੀ ਜਿਹੜੀਆਂ ਤੁਸੀਂ ਮਹਿਸੂਸ ਕਰਦੇ ਸੀ ਸਰ ਕਿਉਂਕਿ ਮੈਨੂੰ ਬਚਪਨ ਤੋਂ ਹੀ ਮੈਂ ਪੋਲੀਓ ਗ੍ਰਸਤ ਆ ਇਸ ਕਰਕੇ ਮੈਂ ਕਦੀ ਮਹਿਸੂਸ ਨਹੀਂ ਕੀਤਾ ਸੀ ਕਿ ਮੈਂ ਡਿਸੇਬਲ ਆ ਮੈਂ ਜਿਹੜਾ ਕੰਮ ਮੇਰੇ ਬ੍ਰਦਰ ਸਿਸਟਰ ਕਰਦੇ ਸੀ ਮੈਂ ਉਹ ਬਰਾਬਰ ਕਰ ਲੈਂਦਾ ਸੀਗਾ ਜੇ ਘਰ ਦੇ ਵਿੱਚ ਸਾਡੇ ਡੰਗਰ ਰੱਖੇ ਸੀ ਉਹਨਾਂ ਦੇ ਪੱਠੇ ਕੁਤਰਨੇ ਜੋ ਮਸ਼ੀਨ ਖੜ ਕੇ ਕੁਤਰਦੇ ਸੀ ਮੈਂ ਬੈਠਾ ਉਹਦਾ ਕੁਤਰਦਾ ਸੀ ਠੀਕ ਆ ਜੀ ਤੇ ਮੈਨੂੰ ਲੱਗਦਾ ਕਿ ਸਾਡੇ ਅੰਦਰ ਇਹ ਨਹੀਂ ਹੋਣਾ ਚਾਹੀਦਾ ਵੀ ਅਸੀਂ ਕੁਛ ਘੱਟ ਆ ਜੇ ਅਸੀਂ ਘੱਟ ਆ ਤਾਂ ਸਾਡੇ ਮੇਰੇ ਖਿਆਲ 'ਚ ਉਹ ਜਜ਼ਬਾ ਅੰਦਰ ਪੈਦਾ ਹੋਣਾ ਚਾਹੀਦਾ ਕਿ ਅਸੀਂ ਉਹਦੇ ਨਾਲੋਂ ਵੱਧ ਕੀ ਕੀਤਾ ਜੀ 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 ਅਸੀਂ ਨੈਗੇਟਿਵਿਟੀ ਅੰਦਰ ਨਾ ਦੇਖਦੇ ਹੋਏ ਅਸੀਂ ਇਹ ਦੇਖੀਏ ਕਿ ਮੈਂ ਦੂਜੇ ਨਾਲੋਂ ਜ਼ਿਆਦਾ ਕੀ ਕੀਤਾ ਉਸ ਚੀਜ਼ ਨੂੰ ਆਪਾਂ ਲੈ ਕੇ ਹੀ ਅੱਗੇ ਵੱਧ ਸਕਦੇ ਹਾਂ ਜੇ ਅਸੀਂ ਆਪਣੀ ਇੱਕ ਚੀਜ਼ ਨੂੰ ਲੈ ਕੇ ਮਤਲਬ ਕਿਸਮਤ ਨੂੰ ਕੋਸੀ ਜਾਣਾ ਤੇ ਮੈਨੂੰ ਲੱਗਦਾ ਫਿਰ ਉੱਥੇ ਅੱਗੇ ਵਧਣਾ ਥੋੜ੍ਹਾ ਮੁਸ਼ਕਲ ਹੋ ਜਾਂਦਾ ਚਲੋ ਮੈਂ ਇੱਕ ਹੋਰ ਦੱਸਦਾ ਕਿ ਮੈਂ ਤਾਂ ਪੋਲੀਓ ਸੀ ਕਿਉਂਕਿ 8 ਮਹੀਨੇ ਦੀ ਉਮਰ ਕੁਛ ਨਹੀਂ ਹੁੰਦੀ ਹੈਗੀ ਮੈਨੂੰ ਸੁਰਤ ਸੰਭਾਲਦਿਆਂ ਮੈਨੂੰ ਪਤਾ ਵੀ ਨਹੀਂ ਸੀ ਕਿ ਖੜੇ ਹੋਣਾ ਕੀ ਆ ਤੇ ਰੋੜਨਾ ਕੀ ਚੀਜ਼ ਆ ਮੇਰੇ ਇੱਕ ਦੋਸਤ ਆ ਜਿਹੜੀ ਮੈਂ ਗੱਲ ਕੀਤੀ ਆ ਜਿਹੜੇ ਅਕੈਡਮੀ ਚਲਾ ਰਹੇ ਪਰਵਿੰਦਰ ਸਿੰਘ ਜੀ ਹਾਂਜੀ ਉਹ ਪੰਜਾਬ ਪੁਲਿਸ ਦੇ ਵਿੱਚ ਸੀ ਪਾਵਰ ਲਿਫਟਿੰਗ ਸੀ ਪਹਿਲਾਂ ਕਰਦੇ ਤੇ ਉਹ ਡਿਊਟੀ ਤੋਂ ਆ ਰਹੇ ਉਹਨਾਂ ਦਾ ਬੁਲਟ ਮੋਟਰਸਾਈਕਲ ਦੇ ਉੱਤੇ ਐਕਸੀਡੈਂਟ ਹੋ ਗਿਆ ਉਹਨਾਂ ਦੀ ਸਪਾਈਨ ਦੀ ਪ੍ਰੋਬਲਮ ਆ ਗਈ ਸਪਾਈਨ ਕੱਟੀ ਗਈ ਤੇ ਅਪਰ ਬੋਡੀ ਜਿਹੜੀ ਉਹਨਾਂ ਦੀ ਡੈਡ ਹੋ ਗਈ ਸੀ ਉਹ ਜਦੋਂ ਇੱਕ ਚੰਗਾ ਭਲਾ ਇਨਸਾਨ ਬੈੱਡ ਤੇ ਆ ਜਾਵੇ ਔਰ ਉਹਨੂੰ ਇਹ ਪਤਾ ਲੱਗ ਜਾਵੇ ਵੀ ਮੈਂ ਹੁਣ ਜ਼ਿੰਦਗੀ 'ਚ ਕਦੀ ਖੜ੍ਹ ਨਹੀਂ ਸਕਦਾ ਤੇ ਉਹਦੇ ਹਾਲਾਤ ਕੀ ਹੋਣਗੇ ਉਹਨਾਂ ਨੇ ਮੇਰੇ ਨਾਲ ਬਿਆਨ ਕੀਤੇ ਆ ਤੇ ਉਹ ਜੀ ਕਾਫੀ ਮਾਯੂਸ ਰਹਿੰਦੇ ਸੀਗੇ ਪਰ ਜਦੋਂ ਮੈਂ ਰਾਮਗੜੀ ਕਾਲਜ ਦੇ ਵਿੱਚ ਐਂਟਰ ਕੀਤਾ ਤੇ ਉਸ ਵੇਲੇ ਉੱਥੇ ਜਨਰਲ ਟ੍ਰੇਨਿੰਗ ਕਰਦੇ ਹੁੰਦੇ ਸੀਗੇ
ਇੱਕ ਮਤਲਬ ਸਟਾਰ ਪਲੇਅਰਾਂ ਸੀਗੇ ਅਸੀਂ ਉਦੋਂ ਸ਼ੁਰੂਆਤ ਕੀਤੀ ਸੀਗੀ। ਉਹਦੇ ਪੈ ਦੇ ਮਨ ਦੇ ਵਿੱਚ ਆਇਆ ਕਿ ਉਹ ਮੁੰਡਾ ਇੱਕ ਆਉਂਦਾ ਸੀਗਾ ਕਰਨ, ਵੀ ਦੇਖੀਏ ਉਹ ਕੀ ਕਰਦਾ। ਜਦੋਂ ਮੇਰੇ ਲਿੰਕ ਚ ਆਏ ਉਹ ਅੱਜ ਦੁਬਾਰਾ ਅਕੈਡਮੀ ਚਲਾ ਰਿਹਾ ਤੇ ਵਰਲਡ ਚੈਂਪੀਅਨ, ਸਪਾਈਨਲ ਇੰਜਰੀ ਆਉਣ ਤੋਂ ਬਾਅਦ ਵਿੱਚ ਵਰਲਡ ਚੈਂਪੀਅਨ ਬਣਿਆ। ਅੱਛਾ ਜੀ, ਕੀ ਸਿਰਫ ਉਹਨਾਂ ਨੇ ਇੱਕ ਆਪਣੇ ਆਪ ਨੂੰ ਇਹ ਦੇਖਿਆ ਕਿ ਜੇ ਉਹ ਕਰ ਸਕਦਾ ਤੇ ਮੈਂ ਵੀ ਕਰ ਸਕਦਾ। ਤੇ ਮੈਂ ਆਪਣੇ ਸਾਰੇ ਜਿੰਨੇ ਵੀ ਦੇਖਣ ਵਾਲੇ ਵਿਦਿਆਰਥੀ ਸਿੱਖਿਆਰਥੀ ਆ ਉਹਨਾਂ ਨੂੰ ਬੇਨਤੀ ਕਰ ਸਕਦੇ ਆ ਵੀ ਤੁਸੀਂ ਇਹ ਦੇਖੋ ਵੀ ਜੇ ਮੈਂ ਕਰ ਸਕਦਾ ਤੇ ਮਤਲਬ ਦੁਨੀਆਂ ਦਾ ਕੋਈ ਵੀ ਵਿਅਕਤੀ ਕਰ ਸਕਦਾ, ਵੀ ਬਸ ਉਹਦੇ ਵਿੱਚ ਇੱਕ ਜਜ਼ਬਾ ਹੋਣਾ ਚਾਹੀਦਾ। ਬਿਲਕੁਲ ਬਿਲਕੁਲ ਸਰ, ਇਹ ਚੀਜ਼ ਅਗਰ ਅਸੀਂ ਆਪਣੇ ਅੰਦਰ ਲਿਆਉਂਦੇ ਹਾਂ ਤਾਂ ਮੈਨੂੰ ਲੱਗਦਾ ਕੋਈ ਚੀਜ਼ ਮੁਸ਼ਕਲ ਨਹੀਂ। ਕੋਈ ਉਹ ਜਿਹੜੀ ਹੀਨ ਭਾਵਨਾ ਵਾਲੀ ਗੱਲ ਆ ਜੀ, ਬਿਲਕੁਲ ਬਿਲਕੁਲ ਨਹੀਂ ਆਉਂਦੀ ਕੋਈ ਵੀ, ਕੋਈ ਵੀ ਨੈਗੇਟਿਵਿਟੀ ਆ ਜੇ ਅਗਰ ਤੁਸੀਂ ਆਪਾਂ ਉਸ ਚੀਜ਼ ਨੂੰ ਲੈ ਕੇ ਹੀ ਬੈਠੇ ਰਹਿੰਦੇ ਆ, ਸੋਚੀ ਜਾਂਦੇ ਆ, ਹਾਂਜੀ ਤੇ ਮੈਨੂੰ ਲੱਗਦਾ ਨਹੀਂ ਉਹਦਾ ਤਾਂ ਹੱਲ ਹੈ ਨੀਗਾ। ਹੇਲੂ ਸਾਹਿਬ ਜੀ, ਜਾਂਦੇ ਜਾਂਦੇ ਹੁਣ ਅਸੀਂ ਤੁਹਾਡੇ ਕੋਈ ਮਨ ਦੀ ਗੱਲ ਜਿਹੜੀ ਤੁਸੀਂ ਵਿਦਿਆਰਥੀ ਵਰਗ ਨਾਲ ਸਾਂਝੀ ਕਰਨੀ ਚਾਹੋ ਤੇ ਜਾਂ ਤੁਸੀਂ ਇਹ ਸਾਰੀਆਂ ਪ੍ਰਾਪਤੀਆਂ ਕਰਕੇ ਕੀ ਮਹਿਸੂਸ ਕਰਦੇ ਹੋ, ਤੁਹਾਡੀਆਂ ਭਾਵਨਾਵਾਂ ਜਾਂ ਵਿਦਿਆਰਥੀ ਵਰਗ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੋਈ ਖਾਸ ਸੁਨੇਹਾ? ਜੀ ਸਰ, ਬਿਲਕੁਲ ਸੁਨੇਹਾ ਤਾਂ ਮੈਂ ਆਪਣਾ ਲਾਈਫ ਦਾ ਜੋ ਤਜਰਬਾ ਐਕਸਪੀਰੀਅੰਸ ਆ ਉਹ ਇੱਕ ਛੋਟੇ ਜਿਹੇ ਵਾਕ ਦੇ ਵਿੱਚ ਸਾਂਝਾ ਕਰਨਾ ਚਾਹਾਂਗਾ। ਅੱਜ ਮੈਂ ਤੁਹਾਡੇ ਆਉਣ ਤੋਂ ਪਹਿਲਾਂ ਮੈਂ ਜਲੰਧਰ ਗਿਆ ਸੀਗਾ ਤੇ ਮੈਨੂੰ ਕੰਮ ਸੀ ਕੋਚ ਸਾਹਿਬ ਦੀ ਖਬਰ ਨੂੰ। ਜਲੰਧਰ ਅਸੀਂ ਚੱਲੇ ਹਾਂ ਗਰਮੀ ਦੇ ਵਿੱਚ ਤੇ ਮੈਂ ਆ ਰਿਹਾ ਤੇ ਨਾਲ ਮੇਰਾ ਸਟੂਡੈਂਟ ਸੀ ਸਾਹਿਲ, ਉਹਨੂੰ ਮੈਂ ਦੱਸ ਰਿਹਾ ਮੈਂ ਕਿਹਾ ਇਹ ਸਾਰੇ ਜਿਹੜੀ ਰੋਡ ਆ ਇਹ ਮੈਂ ਟ੍ਰਾਈਸਾਈਕਲ ਤੇ ਕੱਢੇ ਹੋਏ ਆ। ਅੱਛਾ, ਇੱਥੋਂ 40 ਕਿਲੋਮੀਟਰ ਆਪਣੇ ਜਲੰਧਰ ਪੈਂਦਾ ਜੀ। ਅੱਛਾ ਜੀ, ਪਰ ਅੱਜ ਉਸੇ ਰੋਡ ਦੇ ਉੱਤੇ ਮੈਂ ਖੁਦ ਡਰਾਈਵ ਕਰਕੇ ਗੱਡੀ ਦੇ ਵਿੱਚ ਆਇਆ। ਵਾਹ ਵਾਹ, ਕੀ ਬਾਤ! ਤੇ ਇਹ ਉਹ ਟ੍ਰਾਈਸਾਈਕਲ ਤੋਂ ਗੱਡੀ ਤੱਕ ਪਹੁੰਚਿਆ। ਮੈਨੂੰ ਲੱਗਦਾ ਕਿ ਜਿਹੜੇ ਬੱਚੇ ਮੈਨੂੰ ਦੇਖਦੇ ਆ ਉਹ ਇਸ ਚੀਜ਼ ਤੋਂ ਇੱਕ ਸੇਧ ਜ਼ਰੂਰ ਲੈਣਗੇ ਵੀ ਟ੍ਰਾਈਸਾਈਕਲ ਤੋਂ ਗੱਡੀ ਤੇ ਪਹੁੰਚਣਾ ਤੇ ਸਪੋਰਟਸ ਇੱਕ ਬਹੁਤ ਵਧੀਆ ਜ਼ਰੀਆ ਹੈਗਾ ਆ। ਉਹਦੇ ਲਈ ਸਾਨੂੰ ਇੱਕ ਅੰਦਰ ਡੈਡੀਕੇਸ਼ਨ ਸਪਿਰਿਟ ਹੋਣੀ ਚਾਹੀਦੀ ਆ, ਹੌਸਲਾ ਹੋਣਾ ਚਾਹੀਦਾ, ਹਿੰਮਤ ਹੋਣੀ ਚਾਹੀਦੀ ਆ। ਸਾਡਾ ਜਿਹੜਾ ਹੌਸਲਾ ਉਹ ਕਦੀ ਟੁੱਟਣਾ ਨਹੀਂ ਚਾਹੀਦਾ। ਮੈਨੂੰ ਲੱਗਦਾ ਨੀਗਾ ਕਿ ਕੋਈ ਵੀ ਟੀਚਾ ਇਹੋ ਜਿਹਾ ਆ ਜਿਹੜਾ ਅਸੀਂ ਅੰਦਰ ਧਾਰ ਲਈਏ ਤੇ ਉਹ ਅਸੀਂ ਪ੍ਰਾਪਤ ਨਹੀਂ ਕਰ ਸਕਦੇ, ਬਸ਼ਰਤੇ ਕਿ ਸਾਡਾ ਜਿਹੜਾ ਹੌਸਲਾ ਆ ਉਹ ਬਰਕਰਾਰ ਰਹੇ। ਬਾਣੀ ਦੀਆਂ ਲਾਈਨਾਂ ਤੋਂ ਮੈਂ ਇੰਨਾ ਕੁਝ ਸਿੱਖਿਆ, ਨਿਸ਼ਚੈ ਕਰ ਆਪਣੀ ਜੀਤ ਕਰੋ, ਬਸ ਨਿਸ਼ਚੈ ਕਰਨ ਦੀ ਲੋੜ ਆ। ਇਹ ਇਹਦੇ ਨਾਲ ਹੀ ਮੈਂ ਆਪਣੇ ਜਿਹੜੇ ਦੇਖਣ ਵਾਲੇ ਆ ਦਰਸ਼ਕ ਆ ਵਿਦਿਆਰਥੀ ਆ ਉਹਨਾਂ ਨੂੰ ਇਹ ਕਹਿਣਾ ਕਿ ਹਿੰਮਤ ਕਰਨ, ਹੌਸਲਾ ਰੱਖਣ ਤੇ ਜਿਹੜਾ ਵੀ ਕੰਮ ਕਰਨਾ ਉਹਦੇ ਲਈ ਪੂਰੀ ਤਰ੍ਹਾਂ ਡੈਡੀਕੇਟ ਹੋ ਜਾਣ ਤੇ ਕੋਈ ਮੰਜ਼ਿਲ ਦੂਰ ਨਹੀਂ, ਬਿਲਕੁਲ ਹਰ ਥਾਂ ਫਤਿਹ। ਬਿਲਕੁਲ ਜੀ, ਬਿਲਕੁਲ ਬਿਲਕੁਲ, ਕਿਸੇ ਨੇ ਸੱਚ ਹੀ ਕਿਹਾ, ਕਹਿੰਦੇ ਹਿੰਮਤ ਕਰ ਜੇ ਰਾਹਾਂ ਵਿੱਚ ਕਠਿਨਾਈਆਂ ਨੇ, ਹੰਝੂਆਂ ਨੇ ਤਕਦੀਰਾਂ ਕਦ ਪਲਟਾਈਆਂ ਨੇ, ਜਿਨ੍ਹਾਂ ਨੇ ਠੋਕਰ ਨੂੰ ਠੋਕਰ ਮਾਰੀ ਹੈ ਉਹਨਾਂ ਨੂੰ ਹੀ ਰਾਸ ਠੋਕਰ ਆਈਆਂ ਨੇ ਤੇ ਉਹਨਾਂ ਨੂੰ ਹੀ ਰਾਸ ਠੋਕਰ ਆਈਆਂ ਨੇ। ਹਾਂਜੀ ਰਹਿਲੂ ਸਾਹਿਬ, ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੇ ਤੁਹਾਡੇ ਬੜੇ ਰੁਝੇਵੇਂ ਨੇ, ਤੁਸੀਂ ਅਕੈਡਮੀ ਵੀ ਚਲਾ ਰਹੇ ਹੋ, ਜੋਬ ਵੀ ਕਰ ਰਹੇ ਹੋ ਤੇ ਇਸ ਦੇ ਬਾਵਜੂਦ ਵੀ ਤੁਸੀਂ ਸਾਡੇ ਵਿਦਿਆਰਥੀਆਂ ਦੇ ਲਈ ਸਮਾਂ ਕੱਢਿਆ ਹੈਗਾ। ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ ਜੀ, ਸ਼ੁਕਰੀਆ ਬਹੁਤ ਬਹੁਤ ਤੁਹਾਡਾ। ਥੈਂਕ ਯੂ। ਅਸੀਂ ਨਾਲ ਹੀ ਕਾਮਨਾ ਕਰਦੇ ਹਾਂ ਕਿ ਭਵਿੱਖ ਦੀਆਂ ਜਿਹੜੀਆਂ ਤੁਹਾਡੀਆਂ ਯੋਜਨਾਵਾਂ ਨੇ ਤੁਸੀਂ ਉਹਦੇ ਵਿੱਚ ਸਫਲ ਹੋਵੋ ਤੇ ਭਾਰਤ ਦਾ ਨਾਂ ਹੋਰ ਵੀ ਤੁਸੀਂ ਚਮਕਾਵੋ। ਧੰਨਵਾਦ ਜੀ, ਧੰਨਵਾਦ। ਤੇ ਅਖੀਰ ਵਿੱਚ ਮੈਂ ਇਹੋ ਹੀ ਕਹਿਣਾ ਚਾਹਾਂਗਾ ਕਿ ਜਿਸ ਨੇ ਮਨ ਦੇ ਖੰਭਾਂ ਨੂੰ ਹੈ ਖੋਲ ਲਿਆ, ਜਿਸ ਨੇ ਮਨ ਦੇ ਖੰਭਾਂ ਨੂੰ ਹੈ ਖੋਲ ਲਿਆ ਉਸਨੂੰ ਨਹੀਂਓ ਲੋੜ ਪਈ ਹੋਰ ਸਹਾਰਿਆਂ ਦੀ, ਉਹੀਓ ਅੰਬਰਾਂ ਵਿੱਚ ਉਡਾਰੀਆਂ ਮਾਰਦੇ ਨੇ, ਦਿਲ ਵਿੱਚ ਰੱਖਦੇ ਖਿੱਚ ਜੋ ਚੰਨ ਤੇ ਤਾਰਿਆਂ ਦੀ, ਦਿਲ ਵਿੱਚ ਰੱਖਦੇ ਤਾਂਘ ਜੋ ਚੰਨ ਤੇ ਤਾਰਿਆਂ ਦੀ। ਪਿਆਰੇ ਵਿਦਿਆਰਥੀਓ, ਤੁਹਾਨੂੰ ਸਾਡਾ ਇਹ ਪ੍ਰੋਗਰਾਮ ਆਵਰ ਮੈਂਟਰਸ ਕਿਸ ਤਰ੍ਹਾਂ ਲੱਗਿਆ, ਇਸ ਬਾਰੇ ਆਪਣੇ ਸੁਝਾਅ ਜ਼ਰੂਰ ਭੇਜਿਓ ਤੇ ਇਸ ਸੰਬੰਧੀ ਕੋਈ ਹੋਰ ਵੀ ਤੁਸੀਂ ਫੀਡਬੈਕ ਦੇਣਾ ਚਾਹੁੰਦੇ ਹੋ, ਇਸ ਨੂੰ ਬਿਹਤਰ ਬਣਾਉਣ ਲਈ ਆਪਣੇ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਸਾਡੀ ਈਮੇਲ ID ਨੋਟ ਕਰ ਲਓ, englishlearnersword@gmail.com। ਤੁਹਾਡੇ ਸੁਝਾਵਾਂ ਦਾ ਵੈਲਕਮ ਕਰਾਂਗੇ। ਥੈਂਕ ਯੂ ਵੈਰੀ ਮੱਚ।